ਮਿੱਠਾ ਜੀ ਮੋਟਰਸਾਈਕਲ ਐਵੇਂ ਨਹੀਂ ਕਢਾਉਣ ਡੇ ਜਦੋਂ ਅਗਲਿਆਂ ਦੇ ਸੂਟ ਪਾ ਕੇ ਚੱਲ ਜਾਣਾ ਉਹਨਾਂ ਨੂੰ ਸ਼ੱਕ ਰਹਿੰਦਾ ਅੱਖਾਂ ਵਿੱਚ ਕੱਜੇ ਲਾ ਡੋਲ ਯਾਰ ਉਹਦੀ ਸ਼ਖਸੀਅਤ ਦੇ ਖਿਲਾਫ ਸੀਗਾ ਯਾਰ ਯਾਰ ਉਹ ਠੀਕ ਆ ਲੇਕਿਨ ਉਸਤਾਦ ਜੀ ਨਾ ਹੀ ਹੁਣ ਇੰਡੀਆ ਦੇ ਉਹਨਾਂ ਸਿੰਗਰਾਂ ਦੇ ਦਿਲਦਾਰ ਭੋਸਲੇ ਅਸਲਾਮ ਵਾਲੇਕੁਮ ਜੀ ਨਾਦਰੀਨ ਟੀ ਟਾਈਮ ਮੈਂ ਖੁਸ਼ ਆਮਦੀ ਜਨਾਬ ਜੀ ਮੈਂ ਸਦਕੇ ਮੈਂ ਵਾਰੀ ਮੈਂ ਲਾਡਾ ਮਿੱਠੂ ਗਦਗੀੜੇ ਗੀ ਡਿਆ ਬੱਲੂ ਤੁਸੀਂ ਸੋਚ ਰਹੇ ਹੋਗੇ ਵੀ ਉਹ ਸੈੱਟ ਕਿੱਥੇ ਗਿਆ ਇਹ ਕੀ ਗੱਲ ਬਾਹਰ ਬਹਿੰਦੇ ਨੇ ਦੱਸਾਂਗਾ ਤਾਂ ਠਹਿਰ ਜੋ ਪੰਜ ਸੱਤ ਦਸ ਦਿਨ ਬਾਅਦ ਅਸੀਂ ਇਨਸ਼ਾਅੱਲਾ ਤਾਲਾ ਕੋਈ ਸੈਟਿੰਗ ਕਰਦੇ ਹਾਂ ਉਹ ਨਵਾਂ ਨਿਜ਼ਾਮੇ ਹਸਤੀ ਓ ਔਰੇਂਜ ਸਹੀ ਗੱਲ ਕਰਨੀ ਸੀ ਕਰੋ ਜੀ ਕਰੋ ਮੇਰਾ ਇੱਕ ਦੋਸਤ ਹੈਗਾ ਸਰ ਜੀ ਉਹ ਕਹਿੰਦਾ ਸੀ ਸਜਾਦ ਸਾਹਿਬ ਕੋ ਗਾਣਾ ਸੁਣਿਆ ਜਬ ਕੇ ਵਿਛੜੇ ਹਮ ਆਜ ਕਹਾਂ ਆ ਕੇ ਮਿਲੇ ਉਹਦਾ ਇੱਕ ਅੰਤਰਾ ਸੁਣਾ ਦਿਓ ਉਸਤਾਦ ਜੀ ਜਬ ਕੇ ਵਿਛੜੇ ਹਮ ਉਹ ਅਮਿਤਾਭ ਸਾਹਿਬ ਦਾ ਅਬ ਕੇ ਵਿਛੜੇ ਹੋਏ ਹਮ ਆਜ ਕਹਾਂ ਆ ਕੇ ਮਿਲੇ ਕਬ ਕੇ ਵਿਛੜੇ ਸੋਰੀ ਸਰ ਯੂ ਆਰ ਰਾਈਟ ਕਬ ਕੇ ਨੋਨੀ ਸਾਹਿਬ ਅੰਦਰ ਨੋਨੀ ਸਾਹਿਬ ਕੋਈ ਬਰਦਾਸ਼ਤ ਨਹੀਂ ਹੁੰਦਾ ਸਾਈ ਸੁਣਾ ਦਿਓ ਉਹ ਅੰਤਰਾ ਬਸ ਇੰਨਾ ਹੀ ਆਉਂਦਾ ਸੀ ਮੈਨੂੰ ਭੇਦ ਪਿਆਰ ਦਾ ਖੁੱਲੇ ਨਾ ਓਏ ਜ਼ੁਲਫ ਦਾ ਕੁੰਡਲ ਖੁੱਲੇ ਨਾ ਇਹਦੇ ਵਿੱਚ ਸਾਜੀ ਫਰਮਾਇਸ਼ ਪੂਰੀ ਕਰ ਦੋ ਫਰਮਾਇਸ਼ ਨਹੀਂ ਤੈਨੂੰ ਪਤਾ ਗੁੱਜਰ ਬਾਦਸ਼ਾਹ ਦਾ ਆਰਡਰ ਹੀ ਹੁੰਦਾ ਵਾ ਸਾਜੀ ਗੁਜਰਾ ਵੇ ਮੇਰਾ ਇੱਕ ਦੋਸਤ ਪ੍ਰੋਫੈਸਰ ਹੈ ਯੂਨੀਵਰਸਿਟੀ ਚ ਦੋਸਤ ਕਿਵੇਂ ਆ ਪ੍ਰੋਫੈਸਰ ਦਾ ਤੇਰਾ ਬਣਦਾ ਹੀ ਨਹੀਂ ਕੰਪੈਰੀਜ਼ਨ ਪਾਗਲਾ ਨਫੀਸ ਸ਼ਖਸੀਅਤ ਖੂਬਸੂਰਤ ਲਬੋ ਲਹਿਜਾ ਉਸਤਾਦ ਜੀ ਉਹਦੀ ਸੋਚ ਇੰਨੀ ਵਸੀ ਉਹਨੇ ਫਰਮਾਇਸ਼ ਕੀਤੀ ਮੇਰਾ ਦਿਲ ਰਾਜ਼ੀ ਹੋ ਗਿਆ ਕਿਹੜੀ ਕਹਿੰਦੇ ਉਸਤਾਦ ਜੀ ਇੱਕ ਅੱਛੇ ਸਿੰਗਰ ਨੇ ਇਹਨਾਂ ਦੀ ਆਵਾਜ਼ 'ਚ ਜਿਹਨੇ ਮੇਰਾ ਦਿਲ ਲੁੱਟਿਆ ਸੁਣ ਅੱਛਾ ਨਫੀਸ ਇਨਸਾਨ ਦੀ ਫਰਮਾਇਸ਼ ਤੇ ਜਿਹੜਾ ਬਦਤਮੀਜ਼ ਹੋਇਆ ਉਹਦਾ ਤਾਂ ਫਿਰ ਚੜਿਆ ਦੇ ਲੇਕਿਨ ਉਹਨੂੰ ਕਹਿ ਸਮਝ ਲਈ ਉਸਤਾਦ ਜੀ ਨੇ ਗਾਇਆ ਚਲੋ ਜੀ ਮੇਰੀ ਫਰਮਾਇਸ਼ ਉਸਤਾਦ ਜੀ ਇਹਨੂੰ ਬੋਲਣ ਪੂਰੀ ਕਰ ਦਿਓ ਕੈਸੇ ਹੋ ਯਾਰ ਸਭ ਤੁਸੀਂ ਠੀਕ ਠਾਕ ਹੋ ਰਾਧੀ ਬਾਦੀ ਹੋ ਹਕੂਕ ਨਾ ਪੂਰੇ ਕਰਨ ਚ ਤੇ ਮੈਂ ਮਸ਼ਹੂਰ ਆ ਦੁਨੀਆ ਦੀ ਫਰੀਦ ਸਾਹਿਬ ਇੱਕ ਤੁਸੀਂ ਸੁਲਝੇ ਹੋਏ ਆਦਮੀ ਹੋ ਬਹੁਤ ਸ਼ੁਕਰੀਆ ਜੀ ਮੈਨੂੰ ਕਹਿ ਰਿਹਾ ਤੂੰ ਕਿੱਡਾ ਪਾਗਲ ਚੱਲ ਸ਼ੁਰੂ ਕਰਨ ਤੋਂ ਪਹਿਲੇ ਇੱਕ ਤਮੀਜ਼ ਫੈਸਲ ਭਾਈ ਨੂੰ ਇੱਕ ਪ੍ਰੋਬਲਮ ਬਣ ਰਹੀ ਹੈ ਉਹਨਾਂ ਨੂੰ ਕੁਛ ਛੁੱਟੀਆਂ ਚਾਹੀਦੀਆਂ ਨੇ ਤਬੀਅਤ ਸਿਹਤ ਉਹਨਾਂ ਦੀ ਠੀਕ ਨਹੀਂ ਦੌਰੇ ਪੈ ਰਹੇ ਅੱਜ ਕੱਲ੍ਹ ਉਹਨਾਂ ਨੂੰ ਮਿਰਗੀ ਦੇ ਪਰੇਸ਼ਾਨ ਨੇ ਬਿਮਾਰ ਨੇ ਜ਼ਬਾਨ ਨੂੰ ਅਸਰ ਪੈ ਗਿਆ ਜ਼ਬਾਨ ਗੇਂਦ ਲੰਘ ਗਈ ਬੋਲਿਆ ਨਹੀਂ ਜਾ ਰਿਹਾ ਸਹੀ ਤਰ੍ਹਾਂ ਉਹ ਕਿਤੇ ਕੱਚਾ ਚੂਹਾ ਖਾ ਲਿਆ ਕੀ ਹੋਇਆ
ਯਾਰ ਕਸੌਟੀ ਫੈਸਲ ਤੇਰਾ ਕੁਛ ਆ ਨੀ ਰਿਹਾ, ਕੋਈ ਮਜ਼ੇਦਾਰ ਕੰਮ ਨੀ ਆ ਰਿਹਾ, ਕੋਈ ਚੀਜ਼ ਵਾਇਰਲ ਨੀ ਹੋ ਰਹੀ, ਕੋਈ ਮਿਹਨਤ ਛੱਡਤੀ ਤੂੰ ਕਰਨੀ? ਅਜੀਬੋ ਗਰੀਬ ਜਿਹੀਆਂ ਫੀਲਿੰਗਾਂ ਹੋਣੀਆਂ ਸਾਜੀ, ਦਿਲ ਹੀ ਨੀ ਕਰਦਾ ਕੰਮ ਦਾ। ਸ਼ੀਸ਼ੇ ਕੇ ਘਰੋਂ ਮੇ ਦੇਖੋ ਤੋ ਪੱਥਰ ਦਿਲ ਵਾਲੇ ਬਸਤੇ ਹੈ, ਜੋ ਪਿਆਰ ਕੋ ਖੇਲ ਸਮਝਤੇ ਹੈ ਔਰ ਤੋੜ ਕੇ ਦਿਲ ਕੋ ਹੰਸਤੇ ਹੈ। ਸ਼ੀਸ਼ੇ ਕੇ ਘਰੋਂ ਮੇ ਦੇਖੋ ਤੋ ਪੱਥਰ ਦਿਲ ਵਾਲੇ ਬਸਤੇ ਹੈ। ਬਹੁਤ ਸਾਰੇ ਜਿਹੜੇ ਸਾਡੇ ਗਿਆਨੀ ਲੋਕ ਨੇ ਨਾ, ਸਾਇੰਸਦਾਨ, ਬਹੁਤ ਸਾਰੇ, ਮਤਲਬ ਬਹੁਤ ਸਾਰੇ ਤੋਂ ਮੁਰਾਦ ਹੈ ਕਿ ਜਿਨ੍ਹਾਂ ਚੋਂ ਕੁਝ ਨਾਮਵਰ ਨਹੀਂ, ਨਹੀਂ ਬਹੁਤ ਐਸੇ ਆਏ ਨੇ ਜਿਨ੍ਹਾਂ ਨੇ ਇਹ ਕਿਹਾ ਕਿ ਇਹ ਜਿਹੜਾ ਅਸੀਂ ਇੱਥੇ ਹਾਂ ਨਾ, ਇਹ ਦੁਨੀਆ ਤੋਂ ਦੂਰ ਹੀ ਆ। ਹਾਂਜੀ, ਤੁਹਾਨੂੰ ਪਤਾ ਇਸ ਗੱਲ ਦਾ? ਵਾਕਈ ਸਹੀ ਗੱਲ, ਬਹੁਤ ਸਾਰੇ ਬੰਦਿਆਂ ਨੇ ਕਿਹਾ, ਜੈਨਵਨ ਤੁਹਾਨੂੰ ਕਹਿ ਰਹੇ ਆ, ਉਹਨਾਂ ਨੇ ਕਿਹਾ ਕਿ ਅਸੀਂ ਇਹ ਸਿਆਰੇ ਦੇ ਨਹੀਂ ਹੈਗੇ, ਅਸੀਂ ਕੋਈ ਕਿਸੇ ਵਜ੍ਹਾ ਤੋਂ ਇੱਥੇ ਆਏ ਹਾਂ, ਅਸੀਂ ਹੈ ਕਿਸੇ ਹੋਰ ਦੇ ਆ। ਇਹ ਬੜੇ ਜੋ ਮਰਜ਼ੀ ਕਹਿ ਲਓ, ਜਿੱਦਾਂ ਮਰਜ਼ੀ, ਲੇਕਿਨ ਮੈਂ ਫੀਲਿੰਗ ਕਰ ਰਿਹਾ ਹੁਣ, ਦੇਖੋ ਨਾ ਤੁਸੀਂ ਉਸਤਾਦ ਜੀ, ਉਦਾਸ ਹੋ? ਹਾਂ ਉਦਾਸ ਆ ਉਸਤਾਦ ਜੀ, ਤੁਸੀਂ ਮੇਰੇ ਸਾਹਮਣੇ ਬੈਠੇ ਹੋ ਨਾ ਹੁਣ। ਹਾਂ ਹਾਂ, ਅੱਲਾ ਜਾਣਦਾ ਮੇਰਾ ਦਿਲ ਕਰਦਾ ਮੈਂ ਦੋਵਾਂ ਨੂੰ ਗੋਲੀ ਮਾਰਦਾ, ਤੈਨੂੰ ਤਕਲੀਫ ਦੇ ਰਿਹਾ, ਤੂੰ ਕਹਿ ਲਾ, ਤੂੰ ਇੱਧਰ ਦੀ ਉਹਨਾਂ ਨੂੰ ਨਾ ਪਾ, ਉੱਧਰ ਦੀ ਉਹਨਾਂ ਨਾ ਪਾ, ਤੂੰ ਮੈਨੂੰ ਕਹਿ ਲਾ ਜੋ ਕਹਿਣਾ, ਕਹਿ ਕੇ ਈਜ਼ੀ ਹੋ। ਨਾਲੇ ਗੱਲ ਸੁਣਿਓ, ਦੇਖ ਕੇ ਉਸਤਾਦ ਜੀ ਨੂੰ ਸਾਨੂੰ ਮਾਰੋ ਦਿਲ ਕਰਦਾ, ਉਸਤਾਦ ਜੀ ਤੋਂ ਤੀਰ ਜਿਹਾ ਬਣਿਆ। ਨਹੀਂ ਨਹੀਂ, ਹੁਣ ਮੇਰੀ ਉਹ ਗੱਡੀ ਨਾ ਉਸਤਾਦ ਜੀ, ਦੇਖੋ ਤੁਸੀਂ ਜਾ ਕੇ ਵੇਖੋ ਅੱਗੋਂ ਬਚੀ ਹੋਈ, ਤੁਸੀਂ ਯਕੀਨ ਕਰੋ, 81-84 ਗੱਡੀ ਸੀ ਅੱਗੇ ਮੇਰੇ, ਮਸਜਿਦ ਦੀ ਟਪਾ ਮਾਰਤੀ ਉਹ, ਬਾਅਦ 'ਚ ਮੈਨੂੰ ਪਤਾ ਲੱਗਾ ਤੁਹਾਡੀ 80-84 ਹੈ, ਉਹ ਕਿਸੇ ਹੋਰ ਦੀ ਗੱਡੀ ਸੀ। ਉਹ ਹੁਣ 80-84 'ਚ ਵੀ ਨਾ ਮਾਰੀ, ਕਿਉਂ ਪਤਾ ਨਹੀਂ ਕਿੱਥੇ ਗਈ, ਕਿੱਥੇ ਚਲੇ ਗਈ ਹੁਣ, ਉਹ ਹੁਣ 80 ਕੋ ਨਹੀਂ ਰਹੀ, ਖੁਸ਼ਕਿਸਮਤੀ ਤੇ ਉਹਨਾਂ ਲੋਕਾਂ ਦੀ ਜਿੰਨਾ ਇੱਥੇ ਬਾਅਦ ਚ ਕੰਮ ਕਰਨਾ। ਧੀ ਦੇ ਕੰਮ ਪੁੱਤ ਦੇ ਨਹੀਂ, ਟਾਵਾਂ ਟਾਵਾਂ ਆਉਣਾ ਹੁੰਦਾ ਉਹਦੀਆਂ ਵੀ ਛੁੱਟੀਆਂ। ਨਹੀਂ ਨਹੀਂ, ਟਾਵਾਂ ਟਾਵਾਂ ਨਹੀਂ ਯਾਰ, ਮੈਂ ਟਾਵਾਂ 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 ਅੱਜ ਮੇਰਾ ਜੀ ਕਰਦਾ ਮੈਂ ਉੱਡ ਜਾ ਨਾਲ ਹਵਾਵਾਂ। ਕੀ ਗੱਲ ਹੋਈ ਆ, ਨਾਲ ਹੀ ਤੂੰ ਕਿਤੇ ਡਾਂਸਰ ਤੇ ਆ। ਅੱਛਾ ਯਾਰ, ਇੱਕ ਤੁਹਾਡੇ ਨੌਲੇਜ ਚ ਸਤਾਜ ਇਜ਼ਾਫਾ ਕਰਦਾ, ਮਾਸ਼ਾਅੱਲਾ ਤੁਹਾਡਾ ਤੇ ਠੀਕ ਹੈ, ਇਹਨਾਂ ਦੀ ਗੱਲ ਕਰ ਰਹੇ ਆ। ਦੁਨੀਆਂ ਚ ਇੱਕ ਐਸੀ ਕੰਪਨੀ ਆ ਜਿਹੜੀ ਆਪਣੇ ਮੁਲਾਜ਼ਮੀਨ ਦਾ ਬਹੁਤ ਖਿਆਲ ਰੱਖਦੀ ਹੈ, ਉਹਨਾਂ ਦੀ ਇੱਕ ਪੋਲਿਸੀ ਆ ਵਰਕਰ ਫਸਟ ਪੋਲਿਸੀ। ਸੱਚੀ ਮੁੱਚੀ ਤੁਸੀਂ ਚਾਹੇ ਗੂਗਲ ਕਰ ਲੋ, ਉਹਨਾਂ ਨੂੰ ਪਤਾ ਹੋਏਗਾ ਨਾ ਵੀ
ਉਦਾਸ ਰਹਿਣ ਹੀ ਨਹੀਂ ਦਿੰਦੇ ਉਹ ਪਾਗਲ ਨੇ ਕੰਪਨੀ ਵਾਲੇ। ਮੈਂ ਇੱਥੇ ਕਰ ਲਵਾਂ ਅਤੇ ਤੁਸੀਂ ਤਾਂ ਘਰ ਬਹਿ ਕੇ ਤਨਖਾਹ ਲਵੋ ਬਸ ਮੈਨੂੰ ਬਾਕੀ ਸਾਰੀ ਜ਼ਿੰਦਗੀ, ਕਿਉਂਕਿ ਮੈਂ ਤੁਹਾਡੀਆਂ ਸ਼ਕਲਾਂ 'ਤੇ ਖੁਸ਼ੀ ਵੇਖੀ ਨਹੀਂ ਕਦੀ ਆ ਦੇਖ, ਇਹਨਾਂ ਸ਼ਕਲਾਂ 'ਤੇ ਖੁਸ਼ੀ ਹੈ ਨਹੀਂ ਮੇਰੇ 'ਤੇ ਦੇਖੋ ਨਾ ਸਾਡਾ ਸਮਾਈਲ ਸਾਡਾ ਫੇਸ, ਤੂੰ ਇਕੱਲਾ ਆ ਕੇ ਕੰਮ ਕਰਿਆ ਕਰੇਗਾ। ਸਰ ਇਹ ਵੀ ਕੋਈ ਪ੍ਰੋਬਲਮ ਨਹੀਂ ਹੈ, ਲੋਕ ਹੁਣ ਵਿਰਚੁਅਲ ਕੰਮ ਕਰ ਰਹੇ ਆ, ਆਰਟਿਸਟ ਘਰ ਬੈਠੇ ਆ, ਉੱਥੋਂ ਹੀ ਸਿਸਟਮ ਲੱਗਾ, ਇੱਥੇ ਆਈ ਜਾ ਰਹੇ, ਤੁਸੀਂ ਆਓ ਤੁਹਾਡੀ ਜਗ੍ਹਾ ਹੈ ਕਿਉਂ ਜੀ? ਘਰ ਹੀ ਔਨਲਾਈਨ ਹੋ ਗਿਆ, ਇਸ ਤਰ੍ਹਾਂ ਨਹੀਂ ਹੋ ਸਕਦਾ ਠੀਕ ਹੈ, ਘਰ ਹੀ ਘਰ। ਤੁਸੀਂ ਨਾ ਇੱਕ ਵੈਸੇ ਡੱਬਾ ਬਣਾਓ ਜਿਵੇਂ ਚਿੰਗਚੀ ਨਹੀਂ ਹੁੰਦਾ, ਉਹਦੇ ਮਗਰ ਮੈਕ ਬੁੱਕ ਰੱਖੇ, ਪੈਸਲ ਵੱਲ ਚਲੇ ਗਏ, ਜਾਨੀ ਦਾ ਡੱਬਾ ਆ ਗਿਆ ਠੀਕ ਹੈ, ਜਾਨੀ ਚੈਨਲ ਵਾਲਾ ਆ ਗਿਆ, ਇਹ ਚੈਨਲ ਵਾਲੇ ਚੈਨਲ ਤਾਜ਼ੇ ਭੁੰਨੇ 'ਚ ਹਰ ਗਲੀ ਜਾ ਕੇ ਉਹਦੇ ਘਰ ਚਲੇ ਗਏ, ਉਹਦੇ ਘਰ 10 ਮਿੰਟ ਉਹਦਾ ਸ਼ੂਟ ਲਿਆ, ਉਹਦਾ ਸ਼ੂਟ ਲਿਆ, ਇੱਧਰ ਲਿਆ ਕੇ ਇਕੱਠਾ ਜੋੜ ਕੇ ਸ਼ੋਅ 'ਚ ਕਰ ਲਿਆ, ਕਿਉਂ ਜੀ ਉਸੇ 'ਤੇ ਸਹੂਲਤ ਦੋ ਸਾਲ ਸਾਜੀ ਦਾ ਲੋਡਰ ਟੈਪ ਰੱਖਿਆ ਹੁੰਦਾ ਉਹਦੇ 'ਚ ਪੋਡਕਾਸਟ ਦਾ ਸੈੱਟ ਲਾ ਲਓ ਠੀਕ ਹੈ ਅਤੇ ਕਰ ਕਰਕੇ ਨਾਲ ਯਾਰ ਪੋਡਕਾਸਟ ਦਾ ਸੈੱਟ ਉਹ ਵੱਡੀ ਜਿਹੜੀ ਵੈਗਨ ਨਹੀਂ ਉਹਦੇ ਅੰਦਰ ਲੱਗ ਸਕਦਾ, ਲੱਗ ਸਕਦਾ ਕਿ ਤੁਸੀਂ ਡਾਇਰੈਕਟ ਅਗਲੇ ਦੇ ਘਰ ਬਾਹਰ ਜਾ ਕੇ ਦਿੰਦੇ ਉਹਨੂੰ ਕਹੀ ਜੀ ਪੋਜ ਭਾਅ ਜੀ ਆ ਜਾਓ ਬਾਹਰ ਹੀ ਅੰਦਰ। ਸਰ ਜੀ ਸਪੇਨ ਦੇ ਵਿੱਚ ਇੱਕ ਸ਼ਾਦੀ ਹਾਲ ਬਣਿਆ ਵਾ, ਉਹ ਟਰੱਕ ਦੇ ਵਿੱਚ ਸ਼ਾਦੀ ਹਾਲ ਆ, ਉਹ ਜਦੋਂ ਜਿੱਥੇ ਵੀ ਸ਼ਾਦੀ ਹੁੰਦੀ ਨਾ ਕਿਸੇ ਦੀ ਸ਼ਾਦੀ ਹੁੰਦੀ ਉਹ ਟਰੱਕ ਲੈ ਜਾਂਦੇ ਕੰਟੇਨਰ ਉਹਦੇ ਪਿੱਛੇ, ਉਹ ਕੰਟੇਨਰ ਜਦੋਂ ਜਾ ਕੇ ਖਿਲਾਰਦੇ ਨੇ ਤੇ ਖੋਲਦੇ ਨੇ ਤੇ ਪੂਰਾ ਕੋਈ 10 ਮਰਲੇ ਦਾ ਉਹਦਾ ਸੈਟਅਪ ਲੱਗ ਜਾਂਦਾ, ਉਹ ਸ਼ਾਦੀ ਹਾਲ ਉਹਦੇ ਵਿੱਚ ਸ਼ਾਦੀ ਕਰਵਾ ਕੇ ਉਹਨਾਂ ਦਾ ਦਰੁਸਤੀ ਕਰਵਾ ਕੇ ਤੇ ਲੈ ਜਾਂਦੇ। ਉਹ 10 ਮਰਲੇ ਦਾ ਕਿਹੜਾ ਕੰਟੇਨਰ ਯਾਰ, ਉਹਦੇ ਵਿੱਚ ਫੋਲਡਿੰਗ ਵਾਲਾ ਸਾਰਾ ਸੈਟਅਪ ਆ ਨਾ। ਸਾਰੀ ਗੱਲ ਤੂੰ ਬੜੀ ਮਾਸ਼ਾ ਨਾਲ ਸਹੀ ਕੀਤੀ ਤੇ ਮਿੱਠਾ ਹੈ ਵਿੱਚ ਵੜ ਜਾ ਉਹਦੇ, ਉਹ ਕੰਟੇਨਰ 20 ਮਰਲੇ ਦਾ ਵੀ ਕਰ ਲੈਂਦੇ, ਅਸੀਂ ਹੁਣ ਸਪੀਡ ਜਾ ਕੇ ਵੇਖਣਾ ਸੀ। ਤੁਸੀਂ ਉਹਦੀ ਗੱਲ ਦਾ ਅੰਦਾਜ਼ਾ ਲਾ ਲਓ ਵੀ ਉਹਨੂੰ ਇਹ ਨੀ ਪਤਾ ਇਸ ਕਲਰ ਤੇ ਕਿਹੜੀ ਪਾਸਵਰਡ ਪਾਉਣੀ, ਉਹ ਵੀਰ ਦੀਨ ਦੇ ਮੁੰਡੇ ਆ। ਸਹੀ ਲੱਗ ਰਿਹਾ ਮਿੱਠਾ, ਅੱਛਾ ਲੱਗ ਰਿਹਾ। ਉਸਤਾਦ ਜੀ ਬੱਚੇ ਇਹਤਿਆਜ ਰਿਕਾਰਡ ਕਰਾਉਣਾ ਚਾਹੁੰਦੇ, ਕਹਿੰਦੇ ਸਹੂਲਤ ਕੋਈ ਨੀ, ਫੈਸਿਲਿਟੀ ਕੋਈ ਨੀ ਹੈ, ਕੋਈ ਰੌਣਕ ਨੀ, ਕੋਈ ਰੰਗ ਰੂਪ ਨੀ, ਇੱਥੇ ਕੋਈ ਨਾਚਾ ਟਾਪੇ ਕੀਤਾ ਜਾਏ, ਕੋਈ ਕਸਟਰਡ ਕੁਸ਼ਟ ਪਕਾ ਕੇ ਬੱਚੇ ਨੂੰ ਰੌਣਮਈ ਕੀਤੀ ਜਾਏ, ਬੱਚਿਆਂ ਨੂੰ ਅਜਾਜ਼ ਰਨਵਾਇਆ ਜਾਏ। ਹਾਂਜੀ ਅਜਾਜ਼ ਦਿੱਤੇ ਜਾਣ, ਸ਼ੀਲਤਾ ਦਿੱਤੀ ਜਾਏ। ਦੇਖੋ ਅਸੀਂ ਤੁਹਾਡੇ ਨਾਲ ਮਿਹਨਤ ਕਸ਼ ਮਜ਼ਦੂਰੀ ਕਰਨ ਦੇ ਇੱਥੇ, ਉਹ ਲੇਕਿਨ ਕੋਈ ਨਾਂ ਨੇ ਕੀ ਨਹੀਂ ਹੋਇਆ ਤੁਹਾਡੀ ਮਾਦਰਤ ਠੀਕ ਹੈ। ਬਾਹਰ ਦੇ ਮੁਲਕਾਂ ਦੀਆਂ ਕੰਪਨੀਆਂ ਹਰ ਸਾਲ ਆਪਣੇ ਬੰਦਿਆਂ ਨੂੰ ਲੈ ਕੇ ਜਾਂਦੀਆਂ ਟੂਰਾਂ ਤੇ, ਕੈਨੇਡਾ ਲੈ ਗਏ, ਨਿਆਗਰਾ ਫਾਲ ਦਿਖਾ ਰਹੇ ਨੇ। ਨਾ ਕਰ ਯਾਰ, ਨਾ ਕਰ ਯਾਰ, ਕਦੀ ਆ ਮਿਲ ਸਾਵਲ ਯਾਰ ਵੇ, ਕਦੀ ਦੇਖਿਆ ਖਲੋਤੇ ਖਲੋਤੇ ਬੰਦੇ ਨੂੰ ਗਸ਼ ਪੈ ਗਈ ਹੋ? ਮੈਂ ਸਿਰਫ ਇੰਨਾ ਹੀ ਕਹਿਣਾ ਹੁੰਦਾ ਯਾਰ ਲਾਹੌਰ ਜਾਣਾ, ਉਹ ਮੇਰੇ ਮੌਲਾ ਇੰਜ ਹੁੰਦਾ ਜਿਵੇਂ ਰੂਹਾਂ ਖਿੱਚ ਲਈਆਂ ਵਿੱਚੋਂ। ਨਹੀਂ ਨਹੀਂ ਉਹਦੇ ਤੁਹਾਡਾ ਕਸੂਰ, ਉਹ ਦੱਸ ਨੇ ਮੈਂ ਅੱਲਾ ਮਾਫੀ ਯਾ ਅੱਲਾ ਮਾਫ ਕਰ ਦੇ, ਤੁਸੀਂ ਤੁਸੀਂ ਇੱਥੇ ਆ ਕੇ ਤੇ ਤੁਹਾਨੂੰ ਹੁੰਦਾ ਕਿ ਕਿਹੜਾ ਟਾਈਮ ਹੋਵੇ ਘਰਾਂ ਨੂੰ ਵਾਪਸ ਚਲ ਜਾਈਏ ਬਸ। ਹਾਂਜੀ ਸਾਡਾ ਅਸਲ ਦੇ ਵਿੱਚ ਨਾ ਲਾਹੌਰ ਦਿਲੋਂ ਲਾਇਆ ਮੁਗਲਪੁਰੇ ਦੇ, ਮੁਗਲਪੁਰੇ ਜਦੋਂ ਤੁਸੀਂ ਬਹਿ ਕੇ ਅਸੀਂ ਬੈਠੇ ਹਾਂ ਤੇ ਉਸਤਾਦ ਜੀ ਗਾਣੇ ਗਾ ਰਹੇ ਨੇ, ਅਸੀਂ ਬੈਠੇ ਹਾਂ ਤੇ ਬਾਅਦ ਵਿੱਚ ਯਾਰ ਸਾਰੀ ਰਾਤ ਅਸੀਂ ਇਹ ਆਹ ਡਿੱਗਣ ਨੇ ਉਸਤਾਦ ਜੀ ਸਵੇਰੇ ਕਿਤੇ, ਆਹੋ ਯਾਰ ਚੱਲੀਏ ਹੁਣ। ਯਾਰ ਉਹ ਤੂੰ ਦਫ਼ਤਰ ਵੇਖੋ ਤੇ ਦਫ਼ਤਰ ਤੁਸੀਂ ਵੜੋਗੇ ਨਾ, ਅਸੀਂ ਕਿੱਦਾਂ ਕਿੱਦਾਂ ਦੇ ਸਿੰਗਰ ਵੇਖੇ ਨੇ ਉੱਥੇ, ਕਿ ਤੁਸੀਂ ਦਫ਼ਤਰ ਵੜਨਾ ਤੇ ਅੱਗੇ ਬੋਰਡ 'ਤੇ ਲਿਖਿਆ ਮੁਸੀਕੀ ਪੇ ਤਨਕੀਦ ਕਰਨਾ ਮਨਾ ਹੈ ਲਿਖਿਆ। ਮੈਂ ਕਿਹਾ ਯਾਰ, ਮੈਂ ਕਿਹਾ ਕੌਣ ਲੋਕ ਨੇ ਉਸਤਾਦ ਜੀ ਇਹ ਜਿਹੜੇ ਤਨਕੀਦ ਕਰਦੇ? ਉਸਤਾਦ ਜੀ ਕਹਿੰਦੇ ਬੜੇ ਹੈਗੇ ਨੇ ਯਾਰ। ਮੈਂ ਕਿਹਾ ਨਹੀਂ ਉਸਤਾਦ ਜੀ, ਮੁਸੀਕੀ 'ਤੇ ਤਾਂ ਤਨਕੀਦ ਨਹੀਂ ਕਰਨੀ। ਫਿਰ ਇੱਕ ਕਰੈਕਟਰ ਮੈਂ ਸੁਣਿਆ, ਮੈਂ ਕਿਹਾ ਉਸਤਾਦ ਜੀ ਇਹ ਬੋਰਡ ਛੋਟਾ ਹੈ, ਇਹਨਾਂ ਨੂੰ ਬੈਨਰ ਵੱਡਾ ਲਗਾਉਣਾ ਚਾਹੀਦਾ। ਸ਼ੌਕੀਆ ਸਿੰਗਰ ਉੱਥੇ ਗਾਉਂਦੇ ਨੇ ਯਾਰ, ਉਹ ਕਿਹੜਾ ਵੀ ਪ੍ਰੋਫੈਸ਼ਨਲ ਸਿੰਗਰ ਨੇ। ਸ਼ੌਕੀਆ ਨਹੀਂ ਸ਼ੌਕੀਆ, ਪ੍ਰੋਫੈਸ਼ਨਲ ਸਿਰਫ ਫੈਸਲਾਬਾਦ ਤੋਂ ਹੀ ਜਾਂਦਾ ਜਦੋਂ ਜਾਂਦਾ ਬਸ। ਇੱਕ ਹੋਰ ਸਟਿੱਕਰ ਲੱਗਾ ਵਾ,
यहाँ किसी को भी गाना गाने से मना करना मना है। यार मैं उठ वेख्या की है ओते के क्योर बोर्ड लगा यहाँ सुर में गाना मना है। यार वड्डी गड्डी नहीं जेड़ी वो फौर्सी अंदर ओते करैक्टर आया फरीद उन्हें कसम वाली गल एडी एडी मुछ उस्ताद जी तुसी जानदे हो मुछ कॉटन का सूट पाया उत्ते वो पटका रखे है ते वो आके दफ्तर बैठा है ते उन्हें गाना उन्हें शुरू किया फरीद शख्सियत खिलाफ सिंगर ही बुजुर्ग बुजुर्ग बैठे होंगे अपने नाम आप रखे है तुफैल किशोर नदीम रफीक पता नहीं की नाम ना था ਉਹ ਵੀ ਸਾਰੇ ਉਹ ਠੀਕ ਆ ਯਾਰ ਉਹ ਤੇ ਠੀਕ ਨੇ ਲੇਕਿਨ ਇਹ ਕਿ ਮੁਹੱਬਤਨ ਸਾਰੀ ਰਾਤ ਇੰਨਾ ਯਾਰ ਉਹ ਤੇ ਇੰਨਾ ਗਾਉਂਦੇ ਨੇ ਉਹ ਭਾਈ ਤੇ ਉੱਥੇ ਸ਼ੌਕੀਆਂ ਨੇ ਸ਼ੌਕੀਆਂ ਨਹੀਂ ਨਹੀਂ ਦੇਖੋ ਨਾ ਉੱਥੇ ਸਿੰਗਰ ਜਿਹੜੇ ਉੱਥੇ ਬਕਾਇਦਾ ਸਿੰਗਰ ਨੇ ਉਹ ਆਮਰ ਰਫੀ ਸਾਹਿਬ ਸਿੰਗਰ ਨੇ ਬਹੁਤ ਵਾਲਾ ਯਾਸਰ ਨਿਗਮ ਸਿੰਗਰ ਆ ਬੋਬੀ ਉੱਥੇ ਮੁੰਡਾ ਬੜਾ ਅੱਛਾ ਸਿੰਗਰ ਆ ਤੇ ਹੋਰ ਬੜੇ ਅੱਛੇ ਸਿੰਗਰ ਨੇ ਸ਼ਾਨ ਕਿਸ਼ੋਰ ਸਾਹਿਬ ਬੜਾ ਅੱਛਾ ਗਾਉਂਦੇ ਕਿਸ਼ੋਰ ਸਾਹਿਬ ਬਾਕੀ ਜਿਹੜੇ ਨੇ ਨਾ ਮੇਰੇ ਤੇਰੇ ਵਰਗੇ ਉਹ ਸ਼ੁਗਲੀਆ ਐਵੇਂ ਚੱਲ ਜਾਂਦੇ ਨੇ ਵਿੱਚ ਪਾਰਟ ਟਾਈਮ ਆਉਂਦੇ ਰਾਤ ਨੂੰ ਗੈਦਰਿੰਗ ਕਰਨਾ ਆਉਂਦੇ ਜਿਹੜਾ ਸਭ ਤੋਂ ਸੁਰੀਲਾ ਹੋਏਗਾ ਉਹ ਚਾਹ ਬਣਾਉਂਦੇ ਹੁੰਦੇ ਹਾਂਜੀ ਮੇਰੀ ਵਾਰੀ ਕਦੋਂ ਆ ਨਹੀਂ ਨਹੀਂ ਯਾਰ ਸ਼ੌਕ ਨੇ ਸ਼ੌਕੀ ਆ ਉਹਨਾਂ ਨੇ ਆਪਣੇ ਆਪਣੇ ਕਰੋਕੇ ਲੱਗੇ ਨੇ ਮਤਲਬ ਦਿਲ ਪਿਛੋਰੀ ਹਾਂਜੀ ਉਹ ਤੇ ਜਾਂਦੇ ਟੋਕਨ ਦੇ ਦਿੰਦੇ ਵੀ ਬੈਕ ਉਹਦਾ ਟੋਕਨ ਵਾ ਤੇ ਉਹਨਾਂ ਹਾਂਜੀ ਤੇ ਹੁਣ ਇੱਕ ਇੱਕ ਸਿਸਟਮ ਆ ਨਾ ਉਹ ਤੇ ਵਾਰੀ ਵਾਰੀ ਗਾਉਣਾ ਨਾ ਸਾਰਿਆਂ ਨੇ ਤੇ ਗੱਲ ਇਹ ਆ ਕਿ ਜਿੱਡਾ ਮਰਜ਼ੀ ਕੋ ਮਾੜਾ ਗਾ ਰਿਹਾ ਤੂੰ ਦਾਦ ਨਹੀਂ ਦਿੱਤੀ ਤੇ ਜਦੋਂ ਤੂੰ ਗਾਉਣਾ ਤੇ ਉਦੋਂ ਤੂੰ ਨਹੀਂ ਲੈਣੀ ਭਾਈ ਦਾਦ ਨੂੰ ਦਾਦ ਆ ਨਾ ਉਸਤਾਦ ਜੀ ਕਸਮ ਉਹਨਾਂ ਚੋਂ ਰਾਜੇ ਆ ਉਸਤਾਦ ਜੀ ਉਹਨਾਂ ਦੇ ਵਿੱਚ ਯੰਗ ਬੰਦਾ ਨੀ ਬਣ ਦਿੰਦੇ ਕਈ ਕਈਆਂ ਨੂੰ ਬੱਚੇ ਫੜ ਕੇ ਲਓ ਤੇ ਪਾਪਾ ਬੈਠੇ ਲੇਕਿਨ ਉੱਥੇ ਸਭ ਤੋਂ ਮਜ਼ੇਦਾਰ ਉਸਤਾਦ ਜੀ ਸ਼ਾਹ ਜੀ ਨੀ ਚਾਹੇ ਹਲੇ ਸ਼ਾਹ ਜੀ ਚਿੜੀਆ ਘਰ ਨਹੀਂ ਨਹੀਂ ਉੱਥੇ ਮੈਂ ਬੰਦਾ ਇੱਕ ਵੇਖਿਆ ਉਸਤਾਦ ਜੀ ਬਾਹਰ ਉਹ ਆਣਾ ਦਫ਼ਤਰ ਆ ਜਿੱਥੇ ਬੈਠੇ ਹੁੰਦੇ ਆ ਉੱਥੇ ਆਣਾ ਸੀ ਤੇ ਉਹ ਬਾਹਰ ਲੜਨ ਦਿਆ ਚਾਹ ਵਾਲੇ ਨਾਲ ਤੇਰੀ ਗਾਲਾਂ ਚੱਲਣ ਲਈ ਤੇ ਉਹ ਅੰਦਰ ਆਇਆ ਵਾ ਤੇ ਉਹ ਜਿਹੜਾ ਗਾਣਾ ਨੀ ਹੈਗਾ ਆਜ ਪਹਿਲੀ ਬਾਰ ਮੈਂ ਕਿਹਾ ਬਾਹਰ ਮਾਂ ਭੈਣ ਕਰਨ ਜਾ ਸੀ ਅੰਦਰ ਬਹਿ ਕੇ ਆਜ ਪਹਿਲੀ ਬਾਰ ਮਾਫ਼ੀ ਤਾਂ ਮੈਂ ਕਹਿਣਾ ਨੀ ਚਾਹੀਦਾ ਚਿੜੀਆ ਸਾਹਿਬ ਆਪਣੇ ਜਿਹੜਾ ਤਾਂ ਗੰਢ ਰਕਾ ਪਊਗਾ ਕੋਈ ਨੀ ਸਿਆ ਤੁਸੀਂ ਸਮਝਾ ਲਾ ਕੇ ਚੱਲੇ ਮੈਂ ਕਿਹਾ ਚਿੜੀਆ ਸਾਹਿਬ ਸਿੰਗਰ ਕੋਈ ਨੀ ਆਇਆ ਭਾਈ ਸੁਣਾਵੇ ਕਹਿੰਦੇ ਫਿਰ ਮੈਂ ਕਿਹਾ ਮਾਫ਼ੀ ਦੇ ਦਿਓ ਅੱਗੇ ਹੜਤਾਲ ਚੱਲ ਰਹੀ ਹੈ ਤਾਂ ਮਜ਼ੇਦਾਰ ਗੱਲ ਇਹ ਕਿ ਸਾਰੇ ਗਾਣੇ ਹੁੰਦੇ ਤੇ ਹਾਜੀ ਸਾਹਿਬ 'ਚ ਕੱਪ ਧੋਣ ਦੇ ਤਰ੍ਹਾਂ ਲੱਗਿਆ ਹੁਣ ਪਤਾ ਨੀ ਕਿਉਂ ਇਹਨਾਂ ਉੱਠਣਾ ਜਾ ਮੈਂ ਤੈਨੂੰ ਪਤਾ ਹੀ ਆ ਸ਼ੁਰੂ ਤੋਂ ਇਹੋ ਹੀ ਕੀਤਾ ਬੰਦ ਹੋ ਗਿਆ ਹੁਣ ਇੱਕ ਬੰਦੇ ਦਾ ਨਾਮ ਉੱਥੇ ਲਤਾ ਜੀ ਵੀ ਆ ਇੱਕ ਬੰਦੇ ਦਾ ਨਾਮ ਲਤਾ ਵੀ ਲੱਗਦਾ ਵਾ ਪਤਾ ਨੀ ਸਾਰੇ ਨੇ ਕੋਈ ਨਾ ਕੋਈ ਲਾਇਆ ਵਾ ਫੀਮੇਲ ਸਿੰਗਰ ਹੋਏਗੀ ਉਹਨੇ ਲਤਾ ਲਾਇਆ ਹੋਏਗਾ ਸਾਡੇ ਜੇ ਗੈਸਟ ਆ ਜਾਂਦਾ ਕੋਈ ਉਹ ਜਿਹੜੇ ਤੁਸੀਂ ਗੱਲ ਕਰਦੇ ਹੋ ਸਾਰੇ ਸਾਡੇ ਗੈਸਟ ਆ ਲੈ ਪਿਆਰ ਮੁਹੱਬਤ ਆ ਲੈਣੇ ਵੀ
ਸੁਭਾਅ ਆਪਣਾ ਆਪਣਾ ਕੰਮ ਕਰਦੇ ਰਹੇ, ਰਾਤ ਨੂੰ ਆ ਜਾਂਦੇ ਇੱਕ ਘੰਟਾ ਚਲੋ ਗਾਣਾ ਗੁਣਾ ਜਾਂ ਸੁਣ ਕੇ ਯਾਰ ਉਹ ਠੀਕ ਆ, ਲੇਕਿਨ ਉਸਤਾਦ ਜੀ ਨਾ ਹੀ ਹੁਣ ਇੰਡੀਆ ਦੇ ਉਹਨਾਂ ਸਿੰਗਰਾਂ ਦੇ ਦਿਲਦਾਰ ਭੋਸਲੇ ਕੋਈ ਨੀ ਹੈਗਾ ਉੱਥੇ। ਅੱਛਾ ਉਸਤਾਦ ਤੁਸੀਂ ਦੇਖਿਆ ਇੱਕ ਨਾਲ ਦਫ਼ਤਰ ਆ ਉਹਨੇ ਸਾਰਾ ਕੁਛ ਲਾ ਕੀਤਾ ਹੁੰਦਾ, ਦੁਰ ਤੋਂ ਲੱਗਾ ਆਹੋ ਵੈਸ ਦਾ ਲੱਗਾ ਹੁੰਦਾ, ਉਹ ਲਾਈਵ ਗਿਆ ਹੁੰਦਾ ਉੱਥੇ ਲਾਈਵ ਆ ਰਿਹਾ, ਨਾਈ ਨੇ ਮੁੰਡਾ ਬਾਹਰ ਬਿਠਾਇਆ ਹੁੰਦਾ ਉਹ ਧਿਆਨ ਕਰੀ ਕੋਈ ਸਿੰਗਰ ਇੱਧਰ ਨਾ ਵੜ ਜਾਏ। ਗਾਣਾ ਕਿਹਨੇ ਗਾਇਆ ਸੀਗਾ ਭਾਈ ਹੋਰਾਂ ਨੇ, ਇਹਨੂੰ ਅੱਗੇ ਤੋਂ ਚਾਹ ਨੀ ਦੇਣੀ ਹੋਟਲ ਵਾਲੇ ਨੇ। ਮੈਂ ਕਿਹਾ ਅੰਦਰ ਕਹਿਣ ਡੇ ਚਾਵਾਂ ਭੇਜ ਦਿਓ, ਕਹਿੰਦਾ ਉਹਨਾਂ ਨੂੰ ਮੈਂ ਕਿਹਾ ਚਾਵਾਂ ਭੇਜ ਦੇਣਾ ਬੂਹਾ ਬੰਦ ਰੱਖਣ। ਲੇਕਿਨ ਉਹਦੇ ਵਿੱਚ ਵੀ ਇੱਕ ਅਪਣਾਈਏ ਤੋਂ ਮਜ਼ਾ ਵਾ, ਉਹ ਵੀ ਇੱਕ ਤਲਕ ਆ। ਸਾਜੀ ਮੇਰੇ ਨਾਲ ਸੋਰੀ ਤੁਹਾਡੀ ਗੱਲ ਕੱਢਣਾ, ਮੇਰੇ ਨਾਲ ਬੜਾ ਵੱਡਾ ਉੱਥੇ ਛੇਦਾ ਹੋਇਆ ਜਿਹਦੀ ਵਜ੍ਹਾ ਤੋਂ ਮੈਨੂੰ ਬੜਾ ਦੁੱਖ ਹੋਇਆ। ਮੈਂ ਅੱਜ ਵਾਸ਼ਰੂਮ ਨੂੰ ਆਇਆ, ਮੈਂ ਕਿਹਾ ਹਾਈ ਸਾਹਿਬ ਵਾਸ਼ਰੂਮ ਜਾਣਾ, ਤੇ ਕਹਿੰਦੇ ਆ ਵੇ ਹਾਂ ਸਾਹਮਣੇ ਵਾਲਾ ਬੈਠਾ ਕਿ ਨਹੀਂ ਪਾਣ ਵਾਲਾ, ਉਹ ਮੈਂ ਵੇਖਿਆ ਤੇ ਉਹ ਬੰਦ ਹੋ ਗਿਆ। ਹੁਣ ਕਹਿੰਦੇ ਬਾਹਰ ਨਾ ਕਿਤੇ ਇੱਧਰ ਵੇਖ ਲਿਆ ਕਿਤੇ ਹੋਰ, ਲਓ ਜੀ ਮੈਂ ਸਾਰਾ ਹੋਰ ਗੰਦਾ ਨਾਲਾ ਜਿਹਾ ਫਿਰ ਕੇ ਆ ਗਿਆ ਤੇ ਇੱਕ ਜਗ੍ਹਾ ਤੇ ਵੇਖ ਕੇ ਮੈਂ ਹੁਣ ਮੈਨੂੰ ਤੇ ਆਇਆ ਜ਼ੋਰ ਦਾ ਮੈਂ ਕਰਤਾ, ਮੈਂ ਵਾਪਸ ਆਇਆ ਤੇ ਉਹ ਮੇਰੇ ਸਾਹਮਣੇ ਕੁੰਡੀ ਖੋਲਣ, ਮੇਰਾ ਉਹ ਦਿਲ ਭਰਿਆ। ਮੈਂ ਕਿਹਾ ਵੱਡਾ ਮਸਲਾ ਉਦੋਂ ਬਣਦਾ ਤੁਸੀਂ ਅੰਦਰ ਬੜੇ ਅਕੈਡਮੀ ਚ ਤੁਸੀਂ ਐ ਧੌਣ ਘੁਮਾਉਣੀ ਤੇ ਤਸਵੀਰਾਂ ਬੜੀਆਂ ਹੈਪੀ ਲੱਗੀਆਂ ਸਾਰੇ ਸਿੰਗਰਾਂ ਦੀ, ਦੇਖੀਆਂ ਚਿੜੀਆ ਸਾਹਿਬ ਦੀ ਵੀ ਲੱਗੀ ਆ, ਮੈਂ ਕਰ ਰਹੇ ਹਾਂ ਚਿੜੀਆ ਕੌਣ ਆ, ਉਹ ਹੈਗੇ ਚਿੜੀਆ ਸਾਹਿਬ ਚਿੜੀਆ ਘਰ ਹੈ ਸ਼ਾਹਦ ਚਿੜੀਆ ਘਰ ਸ਼ਾਹ ਚਿੜੀਆ, ਉਹਦੀ ਤਸਵੀਰ ਲੱਗੀ ਹੈ, ਉਹ ਵੀ ਸਾਡੇ ਆ ਭਲਾ ਨਾਮ ਬਣਦਾ ਯਾਰ। ਉਹ ਸਟੇਜ ਦੇ ਵਨ ਮੈਨ ਸ਼ੋ ਆਰਟਿਸਟ ਨੇ, ਅੱਛਾ ਅੱਛਾ, ਉਹ ਚਿੜੀਆ ਘਰ ਦੇ ਜਿੰਨੇ ਪਰਿੰਦੇ ਜਾਨਵਰ ਉਹਨਾਂ ਦੀਆਂ ਆਵਾਜ਼ਾਂ ਕੱਢਦੇ ਨੇ, ਇੱਥੋਂ ਉਹਨਾਂ ਦਾ ਨਾਂ ਪਿਆ ਕਿ ਸ਼ਾਹ ਚਿੜੀਆ ਘਰ। ਸਾਨੂੰ ਮਾਫ਼ ਕਰ ਦੇਣ, ਵਾਕਈ ਵੱਡੇ ਸਾਰੇ ਉਹਨਾਂ ਨੂੰ ਪਤਾ ਵਾ, ਲੇਕਿਨ ਸਾਰੇ ਸਤਾਜੀ ਆਫੀਸ਼ੀਅਲੀ ਅੱਛਾ ਵਰਕ ਕਰਦੇ ਆ, ਸ਼ਾਮ ਨੂੰ ਪਾਰਟ ਟਾਈਮ ਉਹ ਆਪਣਾ ਕੰਮ ਕਰਦੇ ਨੇ, ਆਪਣਾ ਆਪਣਾ ਕੰਮ ਕਰਦੇ। ਰਾਤ ਨੂੰ ਯਾਰ ਹੁਣ ਕੀ ਬੰਦਾ ਥੋੜਾ ਜਿਹਾ ਚਾਹੀਦਾ ਵੀ ਤੇ ਹੈ ਨਾ, ਪੜਾਸ ਕੱਢਣੀ ਕਿਤੇ। ਸ਼ਾਹ ਚਿੜੀਆ ਘਰ ਸਾਹਿਬ ਨੇ ਨਾ ਤੇ ਉਹ ਵੀ ਜੋਬ ਕਰ, ਉਹ ਗਵਰਨਮੈਂਟ ਮੁਲਾਜ਼ਮ ਸੀ, ਉਹਨਾਂ ਦੀ ਕੋਈ 30-35 ਸਾਲ ਸਰਵਿਸ ਆ ਆਪਦਾ ਚ, ਸਿੰਗਿੰਗ ਦੀ ਵਜ੍ਹਾ ਤੋਂ ਕੱਢਿਆ ਹਾਜੀ ਯੂਨਸ ਵਾਟੀਕਰ ਸੀ। ਹਾਜੀ ਬੜਾ, ਹਾਜੀ ਦਾ ਬੜਾ ਮਜ਼ਾ ਹੁੰਦਾ, ਹਾਜੀ ਜਦੋਂ ਖਿੱਚਦਾ ਨਾ ਬਹੁਤ ਭੈੜਾ ਖਿੱਚਦਾ। ਉੱਥੇ ਕਹਿੰਦਾ ਵਾ ਰੈਪਰ ਵੀ ਆ ਯੋ ਅਕਬਰ ਹਾਜੀ ਦਾ, ਉਦੋਂ ਮਜ਼ਾ ਆਉਂਦਾ ਜਦੋਂ ਕਿਸੇ ਨੇ ਸਿਗਰਟ ਪੀਣੇ ਉਹ ਗੁੱਲ ਤਾਂ ਵਿੱਚ ਸੁੱਟ। ਲੇਕਿਨ ਹਾਜੀ ਸਾਹਿਬ ਸਫਾਈ ਪਸੰਦ ਬੜੇ ਸਨ, ਕਿਆ ਬਾਤ ਹੈ। ਡਰਾਈਵਿੰਗ ਕਰਦੇ ਦੌਰਾਨ ਉਹਨਾਂ ਦਾ ਵੀ ਬੜਾ ਮਜ਼ਾ ਆਉਂਦਾ। ਇੱਕ ਸਿੰਗਰ ਉੱਥੇ ਤੇਜ਼ ਤੇਜ਼ ਗਾਉਣ ਡੇ, ਮੈਂ ਕਿਹਾ ਰੈਪ ਕਰ ਰਹੇ, ਕਹਿੰਦੇ ਨਹੀਂ ਉਹ ਭਰਾਵਾ ਜਮਾਂ ਤੇ ਦੰਦੀ ਵੱਡੀ ਗਈ। ਲਾਹੌਰ ਦਾ ਉਸਤਾਦ ਜੀ ਸਾਨੂੰ ਚਸਕਾ ਹੀ ਬਹੁਤ ਆ, ਜੇ ਤੁਸੀਂ ਸਾਨੂੰ ਸਾਡੀ ਮਰਜ਼ੀ ਦੀ ਜਗ੍ਹਾ ਕਦੀ ਨੀ ਉਸਤਾਦ ਜੀ ਨੇ ਕਿਹਾ ਯਾਰ ਆਹ ਬੇਟਾ ਆਪਕੋ ਚਲੋ ਮੈਂ ਬਾਹਰ ਲੈ ਕੇ ਜਾਊਂ,
ਭਾਏ ਨਾ ਮੇਰੀ ਗੱਲ ਸੁਣੋ, ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਤੁਸੀਂ ਗਾਣਾ ਦੇਖਦੇ ਗੋਰੀ ਹੈ ਕੱਲਾ ਆਈਆਂ ਤੂੰ ਲਾ ਦੇ ਮੋਜੇ ਹੈਰੀ ਹੈਰੀ ਚੂੜੀਆਂ, ਉਹ ਜੀ ਅਪਰਾਧਾ ਜੀ ਨੱਚ ਰਹੀਆਂ ਨੇ, ਸੇਮ ਉੱਦਾਂ ਦੇ ਕੱਪੜੇ ਸਲਵਾਰ ਕਮੀਜ਼ ਪਾ ਕੇ ਉਸੇ ਗਾਣੇ ਤੇ ਇੱਕ ਕੁੜੀ ਡਾਂਸ ਕਰ ਰਹੀ, ਤੁਸੀਂ ਲਾਈਵ ਪੈ ਕੇ ਵੇਖ ਰਹੇ, ਦੋਵਾਂ 'ਚ ਫਰਕ ਕੀ ਹੈ? ਫਰਕ ਪਤਾ ਉਹ ਕਿਉਂ ਸਹੀ ਹੈ ਤੇ ਉਹ ਕਿਉਂ ਬੁਰਾ? ਉੱਧਰ ਅਸੀਂ ਜਾਣਾ ਨਹੀਂ ਚਾਹੁੰਦੇ ਜਿੱਧਰ ਤੁਸੀਂ ਗੋਰੀ ਹੈ ਕੱਲਾ ਆਈਆਂ, ਠੀਕ ਹੈ? ਉੱਧਰ ਹੁਣ ਤੁਹਾਡਾ ਦਿਲ ਕਰਦਾ, ਸਾਨੂੰ ਨਹੀਂ, ਤੁਸੀਂ ਕਹਿੰਦੇ ਆਓ ਯਾਰ ਚਲੀਏ ਆੜ ਜਾਣ ਕਰਦੇ। ਨਹੀਂ ਨਹੀਂ ਮੈਂ ਜਾਣਦਾ ਨਹੀਂ, ਮੈਂ ਕਹਿ ਰਿਹਾ ਕਿ ਬਾਹਰ ਕਲੱਬਾਂ ਦਾ ਵੀ ਫਰਕ ਆ। ਦੁਬਈ ਦੇ ਵਿੱਚ ਐਸੇ ਵੀ ਹੈਗੇ ਨੇ ਕਲੱਬ ਜਿੱਥੇ ਸਿਰਫ ਇੰਡੀਅਨ ਗਾਣੇ ਔਰ ਅੱਛੇ ਡਰੈਸਿਸ ਦੇ ਵਿੱਚ ਡਾਂਸ ਅੱਛਾ ਹੁੰਦਾ। ਬਸ ਮੈਂ ਉਹੀ ਕਹਿ ਰਿਹਾ ਕਿ ਤੁਸੀਂ ਮਤਲਬ ਮੈਡਮ ਅੰਜਮਨ ਨੂੰ ਵੇਖ ਲਿਆ ਖੇਤਾਂ 'ਚ ਨੱਚਦੇ ਆ ਅਤੇ ਉੱਥੇ ਬਾਹਰ 'ਤੇ ਬਹਿ ਕੇ ਸੇਮ ਅੱਛੇ ਕੱਪੜਿਆਂ ਦੇ ਵਿੱਚ ਉਸੇ ਗਾਣੇ ਦੇ ਕਿਸੇ ਨੂੰ ਨੱਚਦੇ ਵੇਖਣ, ਤੁਸੀਂ ਕਹਿੰਦੇ ਉਹ ਉੱਥੇ ਗਿਆ ਹੀ ਧੜਕਣ। ਲੇਕਿਨ ਉਸਤਾਦ ਜੀ ਦੁਬਈ ਦੇ ਬਾਰਾਂ 'ਚ ਹੋਟਲਾਂ 'ਚੋਂ ਮਜ਼ਾ ਨਹੀਂ ਹੈਗਾ, ਜਿਹੜਾ ਗਲੀ ਤੁਸੀਂ ਸ਼ਰੀਕਾਂ ਦੇ ਘਰ ਦੇ ਸਾਹਮਣੇ ਖੁਸਰਾਂ 'ਚ ਆਉਣਾ ਉਹਦੀ ਚੱਸ ਨਹੀਂ ਹੈ। ਦੁਨੀਆ ਤੇ ਐਸੀਆਂ ਕੰਪਨੀਆਂ ਨੇ ਉਸਤਾਦ ਜੀ ਹਰ 6 ਮਹੀਨੇ ਬਾਅਦ ਮੁਲਾਜ਼ਮਾਂ ਦੀ ਤਨਖਾਹ ਵਧਾ ਰਹੀ ਹੈ, ਬੋਨਸ ਦਿੰਦੀ, 1-5 ਲੈ ਕੇ ਦੇ ਰਹੀ ਹੈ, ਇਹ ਕਰ ਰਹੀ ਵੋ ਕਰ ਰਹੀ ਹੈ। ਉਸਤਾਦ ਜੀ ਹਫਤੇ ਐਤਵਾਰ ਦੀ ਛੁੱਟੀ ਹਰ ਅਦਾਰੇ ਨੂੰ ਹੁੰਦੀ ਹੈ, ਇਹਨਾਂ ਨੂੰ ਚਾਹੀਦਾ ਜੁਮਾ ਹਫਤੇ ਐਤਵਾਰ 3 ਦਿਨ ਕਰਨ। ਪੰਦਰਾਂ ਦਿਨ ਤੇ ਮੈਂ ਪਿੱਛੇ ਦੁਬਈ ਰਹਿ ਕੇ ਆਇਆ ਪੂਰੇ, ਉਹ ਸਾਡੀ ਸਿਰ ਤੇ ਛੁੱਟੀਆਂ ਹੋਰ, ਤੁਸੀਂ ਜਿਹੜੇ ਬਾਕੀ 15 ਦਿਨ ਆਉਣਾ ਉਹਦੇ ਚ ਵੀ ਛੁੱਟੀਆਂ ਚਾਹੀਦੀਆਂ ਤੁਹਾਨੂੰ? ਨਹੀਂ ਨਹੀਂ ਉਸਤਾਦ ਜੀ, ਉਹ 15 ਦਿਨ ਜਿਹੜੇ ਤੁਸੀਂ ਦੁਬਈ ਗਏ ਹੋ ਉਸ ਤੋਂ ਪਹਿਲੇ ਅਸੀਂ 10 ਦਿਨ ਡੇ ਨਾਈਟ ਕੰਮ ਕੀਤਾ, ਬਸ 15 ਦਿਨ ਛੁੱਟੀਆਂ ਕਰ ਲਈਆਂ, 15 ਦਿਨ ਡੇ ਨਾਈਟ ਨਹੀਂ ਕੀਤਾ, ਡੇ ਹੀ ਕੀਤਾ ਬਸ। 15 ਦਿਨ ਮੈਂ ਦੁਬਈ ਰਿਹਾ, ਜਿਹੜਾ ਤੁਸੀਂ 15 ਦਿਨ ਉਹਦੀਆਂ ਵੀ ਛੁੱਟੀਆਂ ਚਾਹੀਦੀਆਂ? ਬੱਚਿਆਂ ਨੂੰ ਦਿਓ, ਘਰ ਨੂੰ ਦਿਓ, ਤੁਸੀਂ ਵੀ ਜਾਓ, ਤੁਸੀਂ ਵੀ ਫਿਰ ਡਰੋ, ਕਿਉਂ ਜੀ ਮਰੀ ਨਿਕਲ ਜਾਓ, ਸਾਨੂੰ ਵੀ ਥਾਈਲੈਂਡ ਦੀਆਂ ਸਿੰਗਾਪੁਰ ਦੀਆਂ ਟਿਕਟਾਂ ਦਿਓ, ਜਾਓ ਬਈ ਫਿਰ ਤੁਰ ਕੇ ਆਓ। ਹਾਂ ਕੈਮਰੇ ਤੋਂ ਦੂਰ ਅਸੀਂ ਕੁਝ ਜ਼ਿੰਦਗੀ ਭੋਰਾ ਗੁਜ਼ਾਰੀਏ, ਕਿਉਂ ਜੀ? ਛੁੱਟੀਆਂ ਕਰੋਗੇ, ਖਰਚੇ ਵਧਣਗੇ, ਨੁਕਸਾਨ ਆ ਤੁਹਾਡਾ। ਤੂੰ ਆ ਹੁਣ ਚਵਲ ਮਾਰਨ ਦੇ, ਮੈਨੂੰ ਤੂੰ ਕਿਹਾ ਸੀ ਕੰਮ ਚੁੱਕ ਕੇ ਰੱਖੀ, ਹੁਣ ਮੈਨੂੰ ਫਸਾ ਤਾ ਤੇ ਹਫਤਾ ਡਿਨਰ ਰਲ ਗਏ। ਨਹੀਂ ਨਹੀਂ ਤੁਹਾਨੂੰ ਪਤਾ ਕੀ ਡੇਟਾਂ ਦੇਖ, ਫਿਰ ਕੀ ਹੋਜੂਗਾ? ਮੈਂ ਸਟ੍ਰੈਸ ਦੂਰ ਕਰਕੇ ਆਉਂਗਾ, ਕਿੱਥੋਂ ਜਿੱਥੇ ਮਰਜ਼ੀ ਜਾਵਾਂ ਮੈਂ ਸਾਜ, ਤੇ ਉਹ ਤੀਆਂ ਦੇ ਵਿੱਚ ਮਜ਼ਾਕਰਤ ਕਰਨਾ ਹੈ, ਮਜ਼ਾਕਰਤ ਕਰਨਾ ਤੀਆਂ ਚੁੱਕ, ਮਜ਼ਾਕਰਤ ਕੋ ਮੰਨ ਲਈਆਂ ਛੁੱਟੀਆਂ। ਮੈਂ ਕਿੰਨੀਆਂ ਆਖਰੀ ਸਪੈਲ ਕਰਨ ਲਿਆ ਉਹਨਾਂ ਕੋ, ਕਿੰਨੀਆਂ? 21 ਤੋਂ ਲੈ ਕੇ 28 ਤੱਕ ਮੈਂ ਉਹਨਾਂ ਦੇ ਸਪੈਲ, ਉਸ ਤੋਂ ਬਾਅਦ 1 ਮਹੀਨਾ ਛੁੱਟੀਆਂ ਨੇ। ਗੁੱਡ ਹੋ ਗਿਆ, ਠੀਕ ਆ, ਆਹ ਈਜ਼ੀ ਹੋ ਜਾਓ, ਠੀਕ ਆ। ਸਰ ਜੀ ਤੁਸੀਂ ਮੇਰੀ ਗੱਲ ਸੁਣੋ, ਮੈਨੂੰ ਆਉਂਦਿਆਂ ਬੰਦੇ ਨੇ ਵੇਖਿਆ ਨਿਕੇ ਸ਼ੇਵ ਦੀ ਚੀਮਾ ਦਾ ਪੈਰ,
ਮੈਂ ਕਿਹਾ ਯਾਰ ਬਸ ਛੁੱਟੀ ਨਹੀਂ ਕੀਤੀ ਕਾਫੀ ਟਾਈਮ ਤੋਂ। ਮੈਂ ਇਹ ਕਹਿੰਦਾ ਉਸਤਾਦ ਜੀ ਤੁਸੀਂ ਇਹਨਾਂ ਨੂੰ ਜਿੱਥੇ 30 ਦੇਣੀਆਂ ਨਾ, ਚਲੋ ਨਾ ਤੁਹਾਡੀਆਂ 30 ਨਾ ਸਾਡੀਆਂ, ਤੁਸੀਂ ਉਸਤਾਦ ਜੀ ਸਾਨੂੰ 25-25 ਜਾਓ। ਮੈਂ ਮੇਰੇ ਮੂੰਹ ਨੂੰ ਉਸਤਾਦ ਜੀ ਕਰਦੇ ਯਾਰ, ਤੁਹਾਡੇ ਰਿਜ਼ਕ ਤੁਰਨ ਡਏ ਆ, ਤੁਹਾਡੇ ਕੰਮ ਤੁਰੇ ਹੋਏ ਆ, ਤੁਸੀਂ ਕਿਉਂ ਆਪਣੀ ਰੋਜ਼ੀ ਲੱਤ ਮਾਰਨ ਡਏ ਯਾਰ? ਛੁੱਟੀਆਂ ਦਾ ਟੈਨਸ਼ਨ ਨਾ ਲੈ, ਤੂੰ 18 ਚੈਨਲ ਤੇਰੇ ਖਾ ਲਿਆ, 350-350 ਚ ਵੀਡੀਓ ਕਰੀ ਜਾ ਰਿਹਾ ਸਾਰੇ ਸੁਬਹ ਉੱਠ ਕੇ ਨਾ ਅੱਜ ਕਰਕੇ ਨਾਮ ਲਿਖ ਕੇ ਚੈਨਲਾਂ ਤੇ ਸੁੱਟਦਾ, ਅੱਜ ਕਿਤੇ ਕਿਤੇ ਤੁਸੀਂ ਸ਼ੋਅ ਕਰੇ ਤੈਨੂੰ ਤੂੰ ਨਹੀਂ ਸੀ ਯਾਰ। ਦੇਖੋ ਤਾਂ ਫਿਰ ਮੈਂ ਛੁੱਟੀ ਮੰਗਣ ਡਿਆ, ਮੈਂ ਫਸਿਆ ਹੁੰਦਾ ਵਾ, ਮੈਂ ਹਰ ਪਾਸੇ ਜਾਣਾ ਹੁੰਦਾ, ਲੇਕਿਨ ਤੁਸੀਂ ਕੋਈ ਛੁੱਟੀ ਮੰਗਣ ਡੇ? ਉਹ ਰੋਜ਼ ਹੀ ਲੱਗੀ ਹੈ ਸਾਡਾ ਜਾਣਾ, ਇਹ ਗੱਲ ਛੁੱਟੀ ਨਹੀਂ ਮਿੱਠਾ ਜੀ, ਸਾਨੂੰ ਇੱਥੇ ਅਵਾਰਡ ਸ਼ੋਅ ਕੀਤਾ ਜਾਏ, ਫਰੀਦ ਸਾਹਿਬ ਪ੍ਰੋਫੈਸਰ ਯਾਰ ਦਾਨਿਸ਼, ਭਾਵੇਂ ਮੇਰੇ ਬੁੱਲ ਸੜ ਜਾਣ ਮੈਂ ਮੱਥਾ ਚੁੰਮਣਾ। ਉਸਤਾਦ ਜੀ ਕਿਆ ਖੂਬਸੂਰਤ ਗੱਲ ਕੀਤੀ ਹੈ, ਲੈ ਜੇ ਪਿਓ ਦਾ ਪੋਤਾ ਅਵਾਰਡ ਲੈ ਕੇ ਦਿਖਾਈ, ਉਹ ਤੁਹਾਡੀਆਂ ਮੋਟਰਸਾਈਕਲਾਂ ਬਾਹਰ ਰੋਡ ਫਿਰਨ ਡਏ ਹੋ, ਮੈਂ ਕਹਿੰਦਾ ਚੁੱਪ ਕਰਕੇ ਦਿਨ ਕੱਢੀ ਜਾਓ। ਮਿੱਠਾ ਜੀ ਮੋਟਰਸਾਈਕਲ ਐਵੇਂ ਨਹੀਂ ਕਢਾਉਣ ਡੇ ਜਦੋਂ ਅਗਲਿਆਂ ਦੇ ਸੂਟ ਪਾ ਕੇ ਚੱਲ ਜਾਣਾ, ਉਹਨੂੰ ਸ਼ੱਕ ਰਹਿੰਦਾ ਵੀ ਕੁਛ ਨਾ ਕੁਛ ਤੇਰੀ ਵਜ੍ਹਾ ਤੋਂ ਕਈ ਰਗੜੇ ਜਾਣੇ, ਕਈ ਰਗੜੇ ਜਾਣੇ। ਮੈਂ ਦੇਖੋ ਮੈਂ ਮੁੰਡਾ ਪੜ੍ਹਨ ਲਿਖਣਾ, ਜ਼ਿਕਰ ਜ਼ੁਕਰ ਕਰਨਾ, ਮੈਂ ਗਲਤ ਗੱਲ ਨਹੀਂ ਕਰਨਾ। ਅੱਛਾ ਜੀ ਇੱਕ ਮਿੰਟ ਹੁਣ ਮੇਰੀ ਗੱਲ ਸੁਣ ਲਓ, ਚਲੋ 2 ਮਿੰਟ ਤੁਸੀਂ ਮੇਰੀ ਗੱਲ ਸਮਝ ਨਹੀਂ ਹੈ ਜੀ, ਮੇਰਾ ਕੀ ਕਸੂਰ ਆ ਕਿ ਮੇਰਾ ਇੱਕ ਸੂਟ ਆ, ਉਸ ਸੂਟ ਦੇ ਵਿੱਚ ਬਟਨਾਂ ਦੀ ਬੁਣਤੀ ਪਿੱਛੇ ਅੰਦਰ ਜਿਹੜਾ ਸਿਸਟਮ, ਯਾਨੀ 3-4 ਚੀਜ਼ਾਂ ਐਸੀਆਂ ਨੇ ਜਿਹੜੀਆਂ ਕਸਟਮਾਈਜ਼ ਨੇ ਤੁਸੀਂ ਕਰਾਈਆਂ ਦਰਜ਼ੀ ਕੋਲੋਂ, ਉਹੀ ਸੂਟ ਹੁਣ ਤੁਸੀਂ ਕਿਸੇ ਨੂੰ ਪਾਇਆ ਦੇਖਿਆ ਸੇਮ, ਅਤੇ ਹੁਣ ਮੈਂ ਕਹਿ ਨਹੀਂ ਰਿਹਾ ਲੇਕਿਨ ਮੈਂ ਦੇਖੀ ਜਾ ਰਿਹਾ ਕਿ ਯਾਰ ਮੈਂ ਡਰ ਵੀ ਰਿਹਾ ਕਿ ਯਾਰ ਮੈਂ ਵੀ ਕਹਿ ਦੇਵਾਂ ਅਤੇ ਉਹੀ ਗੱਲ ਹੋਈ ਅੱਗੋਂ ਕੁੱਤਿਆਂ ਵਾਂਗੂ ਪਿਆ ਮੈਨੂੰ। ਨਹੀਂ 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 ਠਹਿਰ ਜਾ ਮੈਂ ਦੱਸਦਾ, ਅਤੇ ਠਹਿਰ ਜਾ, ਅਤੇ ਮੈਂ ਡਰਦਾ ਡਰਦਾ ਨਾ ਮੈਂ ਕਿਹਾ ਯਾਰ, ਫਿਰ ਮੈਂ ਆਪਣੇ ਆਪਣੇ ਹਿਸਾਬ 'ਤੇ ਨਾ ਜਮ੍ਹਾਂ ਤਫਰੀਕ ਕਰ ਰਿਹਾ ਕਿ ਮੇਰੇ ਵਾਲਾ ਦਰਜ਼ੀ ਇੱਧਰ ਆ, ਇਹਦਾ ਦਰਜ਼ੀ ਉੱਧਰ ਆ, ਚਲੋ ਕੱਪੜਾ ਸੇਮ ਰੰਗ ਹੋ ਗਿਆ ਯਾਰ, ਉਹਨੇ ਕੱਫ ਵੀ ਉੱਦਾਂ ਦੇ ਹੀ ਸੀ, ਅਤੇ ਉਹਨੇ ਜਿਹੜੇ ਬਟਨਾਂ ਦੀ ਉਹ ਕਢਾਈ ਬਟਨਾਂ ਦੇ ਉੱਤੇ ਇੱਕ ਉਹ ਕਰਾ ਕੇ ਨਾ ਬਟਨਾਂ ਦੀ ਉਹ ਕੱਪੜੇ ਦਾ ਉਹ ਕੀ ਉਹਨੂੰ ਕਹਿੰਦੇ, ਉਹ ਵੀ ਉਹਨੇ ਸੇਮ ਲਾ ਤੇ, ਬੈਣ ਵਾਲਾ ਗਲਾ ਕਾਲਰ ਵਾਲਾ ਮੇਰਾ ਬੈਣ ਵਾਲਾ ਇਹ ਵੀ ਬੈਣ ਵਾਲਾ, ਬੈਣ ਵੀ ਉਹਨੇ ਉਹੀ ਲਾ ਤੀ, ਬੈਣ 'ਤੇ ਕੱਪੜਾ ਹੋਰ ਤਰ੍ਹਾਂ ਦਾ ਲੱਗਾ ਉਹ ਵੀ ਉਹਨੇ ਸੇਮ ਉਹੀ ਲਾ ਤਾ ਯਾਰ, ਇਹ ਸੂਟ ਮੇਰਾ ਹੈ। ਅੱਛਾ ਮੈਂ ਮਿੱਠੇ ਡੋਲੀ ਜੀ ਨਾ ਐਵੇਂ, ਮੈਂ ਕਿਹਾ ਮਿੱਠੇ ਮੇਰਾ ਵੀ ਇੱਦਾਂ ਦਾ ਸੂਟ, ਉਸਤਾਦ ਜੀ ਜਾਣਦੇ ਕਰੋ ਕਸਮੇ ਫਲਾਣੇ ਢੀਂਗੜੇ, ਇਹਨੇ ਇੱਦਾਂ ਆਰਾਮ ਨਾਲ ਨਾ ਵੀ ਤਾਂ ਡਰਾਈ ਕੀਤਾ ਨੇ ਇਕਦਮ, ਇਹਨੇ ਇੱਦਾਂ ਡਰਾਈ ਕੀਤਾ ਜਿਵੇਂ ਹੀ ਦਰਜ਼ੀ ਕੋ ਸਵਾ ਕੇ ਲੈ ਕੇ ਆਇਆ। ਬੜੀ ਉਸਤਾਦ ਜੀ ਤੁਹਾਨੂੰ ਮੈਂ ਅਥੈਂਟਿਕ ਗੱਲ ਦੱਸਾਂ, ਤੁਸੀਂ ਚੀਜ਼ਾਂ ਕਢਾਤੀਆਂ ਕਿ ਕੱਪੜਾ ਵੀ ਬਟਨ ਵੀ ਸੂਟਾਂ ਵਰਗੇ ਸੂਟ ਨੇ ਉਸਤਾਦ ਜੀ, ਮੈਂ ਤੈਨੂੰ ਕਹਿ ਲੇਕਿਨ ਇਹ ਤੁਹਾਡਾ ਹੀ ਗੱਲ ਸੁਣ ਲੈਣਾ, ਮੈਂ ਜਦੋਂ ਉਹਨੂੰ ਕਿਹਾ ਨਾ ਇਹ ਭੈਣ ਹੋਣੀ ਅੱਗੋਂ ਇਹਨਾਂ ਨੇ ਥੋੜ੍ਹਾ ਜਿਹਾ ਮਤਲਬ ਡਿਨਾਈ ਕੀਤਾ ਵਾ ਕਿ ਨਹੀਂ ਉਸਤਾਦ ਜੀ ਅਤੇ ਮਤਲਬ ਇੱਦਾਂ ਅਤੇ ਇੱਦਾਂ, ਮੈਂ ਚੁੱਪ ਕਰ ਗਿਆ। ਫਿਰ ਮੈਂ ਕਿਹਾ ਅੱਛਾ ਕੋਈ ਨਹੀਂ, ਉਸ ਤੋਂ ਬਾਅਦ ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਮੈਂ ਤੈਨੂੰ ਇਹ ਨਹੀਂ ਕਹਿ ਰਿਹਾ, ਮੈਂ ਤੈਨੂੰ ਇਹ ਕਹਿ ਰਿਹਾ ਕਿ ਮੈਂ ਤੈਨੂੰ ਦਿਖਾ ਦਾਂਗਾ, ਜ਼ਾਹਰੀ ਵਾਦਾ ਜੇ ਮੇਰਾ ਨਹੀਂ ਤਾਂ ਮੇਰਾ ਅੰਦਰ ਹੀ ਹੋਣਾ ਨਾ ਕਿਤੇ, ਅਤੇ ਮੈਂ ਤੈਨੂੰ ਦਿਖਾਵਾਂਗਾ ਅਤੇ ਫਿਰ ਤੈਨੂੰ ਪਤਾ ਲੱਗੂਗਾ ਕਿ ਯਾਰ ਤੂੰ ਮੈਨੂੰ ਫਰਕ ਦੱਸੀ ਅਤੇ ਮੈਂ ਫਿਰ ਪਤਾ, ਅਤੇ ਮੈਂ ਚਲਾ ਗਿਆ। ਹੁਣ ਬਾਸ ਇਹਦੇ ਸਿਰ ਆ, ਬਾਸ ਕਹਿੰਦਾ ਇਹ ਨਹੀਂ ਇਹ ਹੈ ਹੀ ਉਹ ਆ, ਬਾਸ ਅੰਦਰ ਆਇਆ ਮੈਂ ਕਿਹਾ ਬਾਸ ਜ਼ਰਾ ਇਹਦੇ ਸਿਰ ਹੋ ਜਾ ਫੁੱਲ ਟਾਇਆ, ਮੈਂ ਚੇਤਾ ਐਵੇਂ ਕਰ, ਮੈਨੂੰ ਨਹੀਂ ਪਤਾ ਕਿ ਵੀ ਵਾਕਈ ਉਹ ਆ। ਉਸ ਤੋਂ ਬਾਅਦ ਜਦੋਂ ਮੈਂ ਬਾਹਰ ਆਇਆ ਥੋੜ੍ਹੀ ਦੇਰ ਬਾਅਦ ਭੈਣ ਨੂੰ ਨਹੀਂ ਕਹਿੰਦੇ ਉਸਤਾਦ ਜੀ ਹੋਰ ਆਹ ਮੈਸੇਜ ਸੁਣੋ, ਆਹ ਮੈਸੇਜ ਸੁਣੋ, ਆਹ ਮੈਂ ਕੀ ਰੌਲਾ ਕੀ ਆ, ਉਹ ਤੁਹਾਡਾ ਹੀ ਆ।
ਮੈਂ ਮੈਂ ਹੁਣ ਕੀ ਕਿਹਾ ਕਿ ਜਦੋਂ ਇਹਨੂੰ ਮੈਂ ਕਿਹਾ ਤੇ ਇਹਨੇ ਅੱਗੋਂ ਕਿਹਾ ਕਿ ਸਾਜੀ ਨਹੀਂ ਹਾਂਜੀ ਆਰਾਮ ਨਾਲ ਹੀ ਗੱਲ ਇਹਨੇ ਨੇ ਡਿਨਾਈ ਕੀਤਾ ਉਹਨੂੰ ਮੈਂ ਕਹਿਤਾ ਅੱਗੋਂ ਕੁੱਤੇ ਵਾਂਗੂ ਪਿਆ ਉਹਨੂੰ ਡਿਨਾਈ ਦਾ ਪਤਾ ਲੱਗ ਗਿਆ ਵੀ ਜਿਵੇਂ ਕੁੱਤੇ ਵਾਂਗੂ ਪਤਾ ਅਗਲਵੰਦ ਬਹੁਤ ਮੈਂ ਨਾ ਗਲਤੀ ਦੇ ਨਾਲ ਸ਼ਰਟ ਮੇਰੇ ਕੋਲ ਰਹਿ ਗਈ ਉਸਤਾਦ ਜੀ ਦੀ ਠੀਕ ਹੈ ਜਿਹੜੀ ਇਹਨਾਂ ਨੇ ਆਪ ਹੀ ਮੈਨੂੰ ਦਿੱਤੀ ਉਂਝ ਭਾਵੇਂ ਜਿੱਥੇ ਮਰਜ਼ੀ ਸ਼ਰਟਾਂ ਸ਼ੁਲਟਾਂ ਪਈਆਂ ਰਹਿਣ ਸਾਲ ਸਾਲ ਹੋ ਗਿਆ ਉੱਥੇ ਰੁਲਣ ਡੀਆਂ ਸ਼ਰਟਾਂ ਦੋ ਉੱਧਰ ਤਿੰਨ ਇੱਧਰ ਦੋ ਕੋਠੇ ਦੇ ਉਸਤਾਦ ਜੀ ਦੀਆਂ ਉਹ ਜਦੋਂ ਅਸੀਂ ਪਾ ਲੈਣੀ ਹੈ ਉਦੋਂ ਨਿਆ ਹੋ ਇੱਕ ਛੋਟੀ ਜਿਹੀ ਗੱਲ ਕਰ ਲੈਣ ਦੋ ਮੈਂ ਤੁਹਾਨੂੰ ਦੱਸਣਾ ਜਿੰਨੀਆਂ ਤੁਸੀਂ ਗੱਲਾਂ ਸਾਰੇ ਕਰਦੇ ਹੋ ਨਾ ਅਲਹਮਦੁਲਿਲਾ ਮੈਂ ਚਸ਼ਮਦੀਦ ਬਲਕਿ ਮੇਰੇ ਤੇ ਹੋਇਆ ਅੱਜ ਹੀ ਅਸੀਂ ਹੁਣ ਦੀਆਂ ਨੀ ਪਾਉਂਦੇ ਉਸਤਾਦ ਜੀ ਦੀਆਂ ਸ਼ਰਟਾਂ ਕਰਾਚੀ ਚੱਲੇ ਉਸਤਾਦ ਜੀ ਨੇ ਮੈਨੂੰ ਬੁਲਾਇਆ ਤੇ ਮੇਰੇ ਬਹੁਤ ਮਾੜੇ ਕੱਪੜੇ ਤੇ ਉਸਤਾਦ ਜੀ ਕਹਿੰਦੇ ਕਰਾਚੀ ਜਾਣਾ ਵਾ ਤੇ ਤਿਆਰੀ ਕਰ ਲਓ ਸਾਰਿਆਂ ਨੂੰ ਕਹਿ ਦਿੱਤਾ ਤੇ ਮੈਨੂੰ ਘਰ ਬੁਲਾਇਆ ਘਰ ਬੁਲਾ ਕੇ ਤੇ ਅੱਠ ਨੌ ਪੈਂਟਾਂ ਇੱਦਾਂ ਰੱਖੀਆਂ ਵੀ ਇਹਨਾਂ 'ਚ ਜਿਹੜੀ ਜਿਹੜੀ ਵੇਖ ਲੈ ਤੇਰੇ ਹਿਸਾਬ 'ਚ ਆਉਂਦੀ ਹੈ ਤੇ ਹੁਣ ਇੱਕ ਪੈਂਟ ਨਾ ਵਿੱਚ ਬਹੁਤ ਠੀਕ ਸੀ ਤਾਂ ਜੀ ਕਹਿੰਦੇ ਆਹ ਵੀ ਲੈ ਲੈ ਆਹ ਵੀ ਲੈ ਲੈ ਆਹ ਵੀ ਲੈ ਲੈ ਅਤੇ ਆਹ ਇੱਧਰ ਲੈ ਲੈ ਮੈਂ ਕਿਹਾ ਤਾਂ ਜੀ ਉਹ ਵੀ ਮੈਂ ਲੈਣੀ ਆ ਮੈਂ ਸ਼ਰਟਾਂ ਪੂਰੀਆਂ ਪੈਂਟਾਂ ਲੈ ਕੇ ਤੇ ਮੈਂ ਸਾਲ ਡੇਢ ਸਾਲ ਪਾਉਂਦਾ ਰਿਹਾ ਇਹ ਤਾਂ ਜਾਹਲ ਇਨਸਾਨ ਆ ਇਹ ਪਾ ਕੇ ਇੱਥੇ ਆ ਗਿਆ ਜਦੋਂ ਤੂੰ ਸਵਾਇਆ ਹੀ ਨਹੀਂ ਸੀ ਤੂੰ ਕੱਪੜਾ ਹੀ ਨਹੀਂ ਲਿਆ ਤੂੰ ਕਿੱਦਾਂ ਕਹਿਤਾ ਵੀ ਮੇਰਾ ਅੱਛਾ ਇੱਕ ਛੋਟੀ ਜਿਹੀ ਮੇਰੀ ਅਰਜ਼ ਸੁਣੋ ਮੈਂ ਜਦੋਂ ਉਮਰ ਸ਼ਰੀਫ ਤੋਂ ਵਾਪਸ ਆਇਆ ਨਾ ਜਦੋਂ ਦੋ ਬੈਗ ਖੁੱਲੇ ਨੇ ਇੱਕ ਇਸ ਤਰ੍ਹਾਂ ਦੇ ਸੇਮ ਕਲਰ ਮੈਂ ਤੁਹਾਨੂੰ ਲਿਆ ਕੇ ਦਿਖਾਉਣਾ ਸੇਮ ਕਲਰ ਉਹ ਘਰ ਪਿਆ ਬਟਨ ਵੀ ਅੰਜਵੇ ਨਹੀਂ ਨਹੀਂ ਬਟਨ ਬੁਟਨ ਨਹੀਂ ਮੈਂ ਮੈਨੂੰ ਬਾਖੁਦਾ ਕਜ਼ਨ ਨੇ ਗਿਫਟ ਕੀਤਾ ਉਸਤਾਦ ਜੀ ਕਜ਼ਨ ਨੇ ਗਿਫਟ ਕੀਤਾ ਸੂਟ ਮੈਂ ਤੁਹਾਨੂੰ ਦਿਖਾਉਣਾ ਦੋਵੇਂ ਸੂਟ ਇੱਕੋ ਜਿਹੇ ਓਕੇ ਹੋ ਗਿਆ ਭੈਣ ਮੈਂ ਜਦੋਂ ਜਿੱਦਣੇ ਕੱਢੇ ਨਾ ਮੈਂ ਤੁਹਾਨੂੰ ਤਿੰਨ ਮਾਰ ਦਿੱਤੇ ਮੈਂ ਇਹਨੂੰ ਸੁਣਾਇਆ ਅੱਛਾ ਭੈਣ ਠੀਕ ਆ ਮੇਰੀਆਂ ਹੁਣ ਦੋ ਖੇੜੀਆਂ ਪਿਛੋਰੀ ਚੱਪਲਾਂ ਨਹੀਂ ਲੱਭਣ ਦੀਆਂ ਉਹ ਦੇ ਦਿਓ ਤੁਹਾਨੂੰ ਖੁਦਾ ਦਾ ਵਾਸਤਾ ਮਿੱਠੇ ਦੇ ਚੱਲ ਮਿੱਠੇ ਇੱਕ ਤੁਸੀਂ ਮੈਨੂੰ ਸੂਟ ਸਵਾ ਕੇ ਦਿੱਤਾ ਸੀ ਉਹ ਰਾਂਝੇ ਕਲਰ ਵਾਲਾ ਉਹ ਜਿਹਦੇ ਇੱਥੇ ਕਢਾਈ ਹੋਈ ਸੀ ਉਹ ਵੀ ਨਹੀਂ ਜੇ ਲੱਭਣ ਦੇਣਾ ਇੱਥੇ ਪ੍ਰੋਕਸ ਦਾ ਹੀ ਕੱਪੜੇ ਸੀ ਉਹ ਉਹ ਤੂੰ ਆਪ ਹੀ ਆਪਣਾ ਗੈਪ ਕਿਤੇ ਕਰ ਲਿਆ ਨਹੀਂ ਨਹੀਂ ਸਾਜੀ ਜੋ ਵੀ ਹੈ ਨਾ ਮੈਂ ਇਹ ਭਾਈ ਪਿਛੋਰੀ ਚੱਪਲਾਂ ਤੇ ਦੋ ਦੇ ਦਿਓ ਆਹੋ ਉਹ ਪਿਛੋਰੀ ਨਹੀਂ ਖੇੜੀ ਕਹੋ ਨਾ ਪਿਛੋਰੀ ਖੇੜੀ ਹਾਂਜੀ ਇੱਕ ਤੇ ਮਸਲਾ ਇਹ ਵਾ ਕਿ ਉਸਤਾਦ ਜੀ ਜੋ ਕੁਛ ਵੀ ਆ ਅਲਹਮਦੁਲਿਲਾ ਅਸੀਂ ਚੋਰ ਸਾਰੇ ਤੁਹਾਡੀਆਂ ਸ਼ਾਵਾਂ ਪਾਉਂਦੇ ਇਹ ਤੁਹਾਡੀਆਂ ਤੁਹਾਡੀਆਂ ਫਖਰ ਨਾ ਪਾਵਾਂਗੇ ਅਸੀਂ ਸਾਰੀ ਜ਼ਿੰਦਗੀ ਪਾਵਾਂਗੇ ਨਹੀਂ ਲੇਕਿਨ ਉਸਤਾਦ ਜੀ ਖੇੜੀ ਵੱਲੋਂ ਖੇੜੀਆਂ ਦੋ ਸੀ ਨਾ ਇੱਕ ਪਾ ਲਓ ਇੱਕ ਤੇ ਦਿਓ ਜਿੱਥੇ ਆ ਸੂਟ ਗਿਆ ਜਿੱਥੇ ਗਿਆ ਸੂਟ ਅਗਰ ਉੱਥੋਂ ਇੰਜ ਆ ਗਿਆ ਵਿੱਚ ਆ ਸਕਦਾ ਖੇੜੀ ਵੀ ਨਾਲ ਹੀ ਹੋਣੀ ਕਿਉਂਕਿ ਇਸ ਸੂਟ ਦੇ ਨਾਲ ਜੱਜ ਦੀ ਖੇੜੀ ਸੀ ਔਰ ਮੈਚਿੰਗ ਹੋਣੀ ਹੈ ਪੂਰੀ ਉਸਤਾਦ ਜੀ ਛੱਡੋ ਜਿੱਥੇ ਗਈਆਂ ਖੇੜੀਆਂ ਉੱਤੇ ਗਏ ਬਲਾ ਉਧਰ ਮੈਂ ਖੇੜੀ ਨਹੀਂ ਬੇਸਿਕ ਤੌਰ ਤੇ ਹੋ ਸਕਦਾ ਤੇਰੇ ਕਜ਼ਨ ਕਿਸੇ ਨੇ ਗਿਫਟ ਕੀਤਾ ਹੋਵੇ ਖੇੜੀ ਵੀ ਸਿਸਟਮ ਵੀ ਇਹਨਾਂ ਦੇ ਛੋਟੇ ਭਾਈ ਦਾ ਨਾਮ ਕੀ ਹੈ ਨਦੀਮ ਨਹੀਂ ਨਹੀਂ
ਮੇਰੀ ਕੈਟਾਗਰੀ ਹੋ ਰਿਹਾ, ਅਗਰ ਮੈਂ ਤੁਹਾਡੀ ਸ਼ਰਟ ਪਾਉਣਾ ਵਾ ਤੁਹਾਨੂੰ ਮੈਂ ਦੇਣ ਦਾ ਵੀ ਬਹੁਤ ਕੁਛ ਆ ਮੈਨੂੰ ਨੀ ਪਤਾ, ਮੈਂ ਕਹਾਂ ਸਾਡੇ ਸਭ ਨੇ ਨੀ ਦਿੰਦਾ ਲੇਕਿਨ ਉਹ ਦਿੰਦਾ ਵਿੱਚ ਕੋਈ ਸ਼ੱਕ ਨੀ, ਕਿਉਂਕਿ ਇੱਕ ਦੋ ਸ਼ਰਟਾਂ ਵੀ ਲਿਆਇਆ, ਉਹ ਮਸਰ ਚੌਲ ਵੀ ਲਿਆ ਦਿੰਦਾ। ਹੁਣ ਮੈਨੂੰ ਇਹ ਦੱਸੋ ਇਹ ਵਾਪਸ ਲੈਣਾ ਸਵੇਰੇ ਧੋ ਕੇ ਦਵਾ ਕਿ ਇਹਨੂੰ ਪੁੱਜੀ ਰੱਖਾਂ? ਉਸਾ ਜੀ ਨਾ, ਅੱਲਾ ਦੇਣਾ ਯਾਰ, ਮੈਂ ਮਸ਼ਹਿਰੇ 'ਚ ਨਹੀਂ ਪਾਉਣਾ ਹੁੰਦਾ। ਉਸਾ ਜੀ ਨਾ, ਮੇਰੀ ਗੱਲ ਸੁਣੋ, ਮੇਰੇ ਜ਼ਿੰਮੇ ਤੁਹਾਡਾ ਸੂਟ ਰਹਿ ਗਿਆ, ਇਹ ਤੁਸੀਂ ਸਮਝੋ ਸਦਕਾ ਦਿੱਤਾ। ਦਿੱਤਾ ਸਦਕਾ ਹੀ ਹੈ ਲਓ ਜੀ, ਸਦਕਾ ਸਦਕਾ ਹਮੇਸ਼ਾ ਸਦਕਾ ਦਾ ਰੂਲ ਆ ਕਿ ਸਦਕਾ ਦੱਸ ਕੇ ਦੇਈਦਾ। ਪੁੱਛ ਲਾ ਉਹਨੂੰ, ਜੇ ਤੇ ਉਹ ਲੈਂਦਾ ਤੇ ਮੈਂ ਦੇ ਦੇਣਾ। ਮੈਂ ਕਹਿਣ ਡਿਆ ਸਮਝੋ ਗਿਆ ਸਦਕਾ ਬਿਟੇ, ਉਹਦੇ ਲਈ ਮੈਂ ਸਹੀ ਸੀ ਜੇ, ਮੇਰੀ ਕੋਈ ਗੱਲ ਨਹੀਂ। ਉਹ ਮਾਫੀ ਦੇਵੇ, ਓਏ ਆ ਕੀ ਹੋਇਆ ਬਿਟੇ, ਪਾਗਲ ਹੈ, ਖਾਦੋ ਛੱਡੋ ਇਹ ਸਦਕੇ ਨਾਲ ਦੀ ਖਾਤਰ ਤੁਸੀਂ। ਓਏ ਮੈਂ ਚੋਰੀ ਨਾਲ ਸਦਕਾ ਬਿਹਤਰ ਆ, ਓਏ ਛੱਡੋ ਯਾਰ, ਤੁਸੀਂ ਸੁਣ ਲਓ ਯਾਰ, ਉਹਦੀ ਵੀ ਸੁਣ ਲਓ ਕਿ ਮੈਂ ਐਡਾ ਨਹੀਂ ਹੈਗਾ ਕਿਤੇ ਕਿ ਅੱਲਾ ਮਾਫੀ ਦੇਵੇ, ਹੁਣ ਇਹਨਾਂ ਨੂੰ ਦੇ ਦੇਵਾ ਇਦਾਂ ਹੀ, ਇਹ ਹੁਣ ਸਾਡਾ ਹੀ ਆ। ਮੈਂ ਤੁਹਾਨੂੰ ਜੋ ਉਸਤਾਦ ਦਾ ਨਾ ਉਹ ਮੋੜ ਦੇ, ਬੀਬਾ ਸਾਡਾ, ਬੀਬਾ ਸਾਡੀਆਂ ਜੁੱਤੀਆਂ ਮੋੜ ਦੇ, ਤੁਹਾਡੇ ਸੂਟ ਮੋੜ ਦੇ, ਕੇਟੀ ਦਾ ਸੂਟ ਉਸਤਾਦ ਜੀ ਮੇਰੇ ਤੈਨੂੰ ਦੇ ਦਿਓ ਸੂਟ, ਮੈਂ ਤੁਹਾਨੂੰ ਨਵਾਂ ਲੈ ਲਾ। ਮੈਂ ਕਹਿਣ ਡਿਆ ਮੈਨੂੰ ਬਸ ਠੀਕ ਹੈ, ਨਵਾਂ ਕਿੱਥੋਂ ਲੈ ਕੇ ਦੇਣਾ ਤੂੰ ਨਵਾਂ ਸਵਾਈ ਦਾ? ਮੈਂ ਤੁਹਾਨੂੰ ਸਵਾ ਦਾ ਛੱਡੋ, ਖੇੜੀਆਂ ਦਾ ਕੁਛ ਕਰ ਦੋ। ਚਲੋ ਪਤਾ ਨੀ ਉਸਤਾਦ ਜੀ, ਮੈਂ ਤੇ ਕਿੱਧਰ ਦੀ ਗੱਲ, ਕਿੱਧਰ ਰੱਖ ਬੈਠਾ, ਮੈਂ ਤੇ ਆਪ ਰੱਖ ਕੇ ਭੁੱਲ ਗਿਆ। ਪ੍ਰੀਤ ਸਾਹਿਬ ਕਿੱਧਰ ਦੀ ਗੱਲ ਕਿੱਧਰ? ਉਸਤਾਦ ਜੀ ਮੇਰੇ ਦੋਸਤ ਕੰਪਨੀਆਂ 'ਚ ਕੰਮ ਕਰਦੇ, ਉਹ ਦੱਸਦੇ ਕਿ ਅੱਜ ਹਮਾਰੇ ਬੋਸ ਨੇ ਪੂਲ ਬੁੱਕ ਕਰਵਾਇਆ, ਹਮ ਨਾਈਟ ਪੇ ਜਾ ਰਹੇ ਵਾਂ। ਤੇਰੇ ਦੋਸਤ ਕਿਹੜੀਆਂ ਤਸੂੜ ਤੇ ਨਹੀਂ ਚੁੱਕਦੇ, ਉਹਨਾਂ ਪੂਲ ਆਪੇ ਹੀ ਬੁੱਕ ਕਰਾਉਣੇ ਆ, ਜਿੰਨਾ ਆਪੇ ਹੀ ਲੈ ਜਾਣਾ ਸਾਰਾ ਕੁਛ, ਉਹਨਾਂ ਨੂੰ ਕੀ ਪੂਲ ਕਰਾਉਣਾ ਯਾਰ। ਪਹਿਲੇ ਗੱਲ ਸ਼ੁਰੂ ਕਰਾਤੀ, ਹੁਣ ਸ਼ਰਮਿੰਦਾ ਕਰਾਤੀ ਯਾਰ। ਨਹੀਂ ਯਾਰ, ਤੂੰ ਗੱਲ ਕਰ ਸੀ, ਮਾੜਾ ਜਿਹਾ ਹੰਗਾਰਾ ਦੇਵਾਂਗੇ ਯਾਰ। ਤੂੰ ਕੀ ਚਾਹੁੰਦਾ, ਮੈਂ ਕੀ ਕਰਾਂ ਦੱਸ? ਸਾਜੀ ਤੁਸੀਂ ਸਾਨੂੰ ਫੈਸਿਲੀਟੇਟ ਕਰੋ, ਸਾਨੂੰ ਛੋਟੀਆਂ ਗੱਡੀਆਂ ਸਾਰਿਆਂ ਨੂੰ ਮੁੰਡਿਆਂ ਨੂੰ ਲੈ ਕੇ ਦਿਓ, ਕੱਟ ਸਟੈਪ ਕੋਈ 5-5-6 ਲੱਖ ਵਾਲੀ ਕੱਟੀ ਜੋ ਵੀ ਚੋ, ਅਸੀਂ ਆਈ ਜਾਈਏ, ਪਤਾ ਚੱਲੇ ਜਾਨੀ ਸਾਹਿਬ ਦੇ ਬੰਦੇ ਜਾ ਰਹੇ ਨੇ, ਬਈ ਇਹ ਗਰੁੱਪ ਪੂਰਾ ਭਾਰ ਆ। ਠੀਕ ਹੈ ਜੀ, ਇੱਧਰ ਸ਼ਹਿਰ ਵਾਲੀ ਸਾਈਡ ਤੇ ਇੱਕ ਫਲੈਟ ਹੋਵੇ, ਤਾਂ ਕਿ ਅਸੀਂ ਉੱਥੇ ਬਹਿ ਕੇ ਆਪਣੀਆਂ ਤਖਲੀਕੀ ਸਲਾਹੀਤਾਂ ਕੁਛ ਲਿਖੀਏ, ਕੋ ਤੁਹਾਨੂੰ ਦੱਸੀਏ ਕਿ ਉਸਤਾਦ ਯਾਰ ਇਹ ਚੈੱਕ ਕਰੋ ਉਸਤਾਦ ਜੀ, ਸਾਡਾ ਕੰਮ ਵੱਡੀਆਂ ਗੱਡੀਆਂ ਨਾ ਹੋਣ, ਹਲਕੀ ਜੀ ਵੈਗਨਾਰ ਟੈਪ ਨਾ ਆਪਣੇ ਕੁਣੀ ਰੱਖੀ ਹੋਵੇ, ਬੰਦਾ ਆਉਂਦਾ ਅੱਛਾ ਲੱਗਦਾ, ਪਾ ਪਾ ਨਾਲ ਹਰਨ ਹੋਵੇ, ਯਾਨੀ ਕਿ ਮੈਂ ਸੁਤਾ ਹੋਵਾਂ, ਤੀਲੀ ਵੀ ਨਾ ਡਿੱਗੇ, ਥੱਲੇ ਸੂਈ ਵੀ ਨਾ ਡਿੱਗੇ, ਮੇਰੇ ਕੰਨ 'ਚ ਆਵਾਜ਼ ਨਾ ਜਾਵੇ। ਅੱਲਾ ਨੇ ਇਹਨੂੰ ਵੈਗਨਾਰ ਵੀ ਦੇਤੀ, ਇਹਨੇ ਇਹਨੇ ਪਹੁੰਚੇ ਕਰਕੇ ਇਹਨੇ ਚਲਾਉਣ ਡਿਆ। ਤੁਸੀਂ ਅਗਰ ਰਿਲੈਕਸ ਹੋ ਕੇ ਸੌਣਾ ਚਾਹੁੰਦੇ, ਮੰਜੀ ਸਟੇਡੀਅਮ ਲੈ ਜਾਓ, ਪਿੱਛੇ ਤੇ ਉੱਪਰ ਸੌਂ ਜਾ ਕਰੋ, ਕੋਈ ਨਹੀਂ ਹੋਏਗਾ ਉੱਥੇ। 10-10 ਪੈਂਟਾਂ ਸ਼ਰਟਾਂ ਸਾਰਿਆਂ ਨੂੰ, 10-10 ਸ਼ਲਵਾਰਾਂ ਕਮੀਜ਼ਾਂ, ਕੋਈ ਹੋਰ ਪ੍ਰੋਪਸ ਦੀਆਂ ਚੀਜ਼ਾਂ ਘੜੀਆਂ। ਆਹ ਗੱਲ ਮੈਨੂੰ ਕਿਸੇ ਹੱਦ ਤੱਕ, ਉਸਤਾਦ ਜੀ ਇੱਕ ਟਾਈਮ ਸੀ ਤੁਸੀਂ ਸਾਨੂੰ ਸਾਰਿਆਂ ਨੂੰ ਲੈ ਜਾਂਦੇ ਹੁੰਦੇ ਸੀ ਮਾਰਕੀਟ, ਯਾਦ? ਦੁਕਾਨ ਤੇ ਗਰਮ ਤੁਸੀਂ ਲੈ ਕੇ ਜਾਂਦੇ ਸੀ, ਤੁਸੀਂ ਕਹਿੰਦੇ ਸੀ ਕਿ ਫ੍ਰੀ ਦਾ ਪਾ,
ਫੈਸਲ ਆਪ ਆ, ਦਾਨਿਸ਼ ਆਪ ਆ, ਸਾਰਿਆਂ ਨੂੰ ਤੁਸੀਂ ਚਾਰ ਯਾਰ ਉੱਥੋਂ 800-800 ਦੀ ਸ਼ਰਟ ਮਿਲਦੀ ਸੀ, ਉਹ ਦੁਕਾਨ ਛੱਡ ਗਿਆ ਯਕੀਨ ਕਰ ਯਾਰ ਪਾਪੜ ਖਾਂਦੇ ਸੀ ਨਾਲ, ਉਹ ਭਾਜੀ ਉਹ ਹਿਸਾਬ ਲਾ ਕੇ ਜਾਂਦੇ ਸੀ ਇੱਕ ਡੋਂਗੇ ਦਾ, ਜਦੋਂ ਲਾ ਕੇ 16 ਡੋਂਗੇ ਜਾਣੇ ਸੂਪ ਦੇ, ਫਿਰ ਅਗਲਾ ਬੰਦਾ ਲੈ ਕੇ ਜਾਣਾ ਤੁਹਾਨੂੰ, ਉਹ ਨਹੀਂ ਵੀਰੇ ਇਹ ਤੇ ਗੱਲ ਹੀ ਨਹੀਂ, ਖੁੱਲੇ ਹੀ ਖਾਧੇ ਆ, ਲੇਕਿਨ ਹੁਣ ਬਦਲ ਗਏ ਨੇ ਬਗੈਰਤੀ ਕਰਦੇ ਹੋ ਤੇ ਵਿੱਚੋਂ ਕਈ ਇੰਨੇ ਇਮੋਸ਼ਨਲ ਹੋ ਜਾਂਦੇ ਹੋ, ਮੈਨੂੰ ਮੈਸੇਜ ਕਰਨ ਲੱਗ ਪੈਂਦੇ ਜਾਨੀ ਬਾਈ ਹਮ ਆਪਣਾ ਅਕਾਊਂਟ ਨੰਬਰ ਭੇਜੇ, ਹਮ ਪੈਸੇ ਭੇਜ ਰਹੇ, ਇਨਕੋ ਰੱਜ ਕੇ ਰੋਟੀ ਖਵਾਏ ਸਾਡੇ ਨਾਲ ਤੁਸੀਂ ਰਾਤ ਸੋਣਾ ਉਸਤਾਦ ਜੀ ਨੇ ਮੇਰੇ ਨਾਲ, ਆਹੋ ਸਹੀ ਓਏ ਉਹ ਤਰਤੀਬ ਸਿੱਧੀ ਕਰ ਲੈ, ਹਕੂਕ ਆਪਣੀ ਜਗ੍ਹਾ ਤਰਤੀਬ ਸਿੱਧੀ ਕਰ, ਕੀ ਤਰਤੀਬ ਪੁੱਠੀ ਕਰਨੀ ਮੈਂ ਸੁ ਯਾਰ ਨਾਲ ਸੌਣ ਨੂੰ ਇੱਕ ਕਮਰੇ 'ਚ ਅਗਰ ਤੁਸੀਂ ਇੱਕ ਬੈੱਡ 'ਤੇ ਜਾਂ ਦੋ ਮੰਜੀਆਂ 'ਤੇ ਵੀ ਸੁੱਤੇ ਨਾ, ਉਦੋਂ ਕਹਿੰਦੇ ਯਾਰ ਮੈਂ ਫਰੀਦ ਦੇ ਨਾਲ ਸੁੱਤਾ ਸੀ, ਹਾਂਜੀ ਇੰਝ ਕਹਿੰਦੇ ਨੇ ਜੀ ਨੇ, ਉਹ ਗੰਢ ਬੰਨ ਕੇ ਨਹੀਂ ਸੌਣਾ ਹੁੰਦਾ, ਫਰੀਦ ਨੂੰ ਅੰਦਰ ਲੈ ਜਾਣਾ ਰਾਤ ਨੂੰ LCD ਦੀਵਾਰ ਤੇ ਚੱਲਣੀ ਫਿਲਮਾਂ ਵੇਖਣੀ, ਸੁਬਾ ਨਾਸ਼ਤੇ ਬਾਹਰ ਜਾ ਰਹੇ ਬਾਈਕਾਂ ਤੇ ਉਸਤਾਦ ਜੀ ਵੀ ਨਾਲ, ਕਿੱਥੇ ਗਿਆ ਯਾਰ, ਇਹਨਾਂ ਨੇ ਮੈਨੂੰ ਬੜੇ ਪਿਆਰ ਨਾਲ ਨਵੇ ਪੈਣਾ, ਸਿਰ ਮੇਰਾ ਵੀ ਚਸਣਾ ਮੈਂ ਇਹਨਾਂ ਦਾ, ਬਾਤਾਂ ਨਹੀਂ ਰਹੀਆਂ ਉਸਤਾਦ ਜੀ ਨੇ ਮੈਨੂੰ ਕਹਿਣਾ, ਆਫਰੀਦ ਆਪਾਂ ਗਾਣਾ ਰਿਕਾਰਡ ਕਰਾਉਣ ਚੱਲੀਏ, ਗਾਣੇ ਰਿਕਾਰਡ ਕਰਨ ਦੇ ਰਾਤ ਬੈਠੇ ਆ, ਯੇ ਆਪ ਯੇ ਝੁੰਝਟੋ ਮੇ ਯੇ ਜੋ ਰਸ਼ ਮੇ ਪੜ ਗਏ ਜ਼ਿੰਦਗੀ ਕੇ ਵੋ ਤਲਾਤੁਮ ਮੇ ਖੇਤ ਮੌਜੋ ਕੇ ਵੋ ਬਿਨਹਾ ਹੈ ਸਾਰੇ ਸਤਾਰੇ, ਸਾਡੀ ਵੱਡੀ ਗੱਲ ਕਰ ਗਿਆ ਫਰੀਦ, ਕਿੱਥੇ ਉਹ ਦੂਰ ਪਤਾ ਨਹੀਂ ਕਿੱਧਰ ਗਿਆ, ਜੋ ਕਹਿੰਦੇ ਤੁਸੀਂ ਫੈਸਲ ਛੁੱਟੀ ਤੇ ਨਹੀਂ ਚਾਹੀਦੀ, ਪੈਸਾ ਤੇ ਨਹੀਂ ਚਾਹੀਦਾ, ਅੱਗੋ ਫੈਸਲ ਕਿੱਦਾਂ ਸੀ ਅੱਜ, ਮੈਂ ਵੀ ਚਾਹੀਦੇ ਦੂਰ ਆਣੇ ਨਹੀਂ ਹੁਣ, ਜੋ ਮਰਜ਼ੀ ਕਰ ਲਓ, ਨਹੀਂ ਨਹੀਂ ਉੱਥੇ ਬਾਹਰ ਬੈਠੇ ਹੁੰਦੇ ਸੀ ਉਸਤਾਦ ਜੀ ਨੇ ਮਾਲਸੀਆ ਲਿਆਉਣਾ, ਇੱਕ ਮਾਲਸੀ ਨੇ ਉਸਤਾਦ ਜੀ ਨੂੰ ਚੁੱਕਦਾ, ਮੈਂ ਦੱਸਦਾ ਕੀ ਹੋਇਆ, ਯਾਰ ਉਹ ਨਾ ਬੜਾ ਸੋਹਣਾ ਘੁੱਟ ਰਿਹਾ, ਘੁੱਟਦੇ ਘੁੱਟਦੇ ਨਾ ਤੇ ਨਾਲ ਰਕਸ਼ੇ ਖੜੇ ਨੇ, ਯਾਨੀ ਮੈਂ ਇੱਕ ਰਕਸ਼ਾ ਖੜਾ ਹੋਵੇ ਨਾ ਉਹਦੇ ਨਾਲ, ਤੁਸੀਂ ਮੰਜੀ ਡਾਈ ਉੱਤੇ ਤੁਸੀਂ ਲੰਮੇ ਪਏ ਤੇ ਤੁਸੀਂ ਡਰਾਈਵਰ ਜਿੱਥੇ ਡਰਾਈਵਰ ਦੇ ਗੋਡੇ ਹੁੰਦੇ ਨਾ ਉੱਥੇ ਤੱਕ ਆ ਜਾਓਗੇ, ਇੱਥੇ ਕਹਿ ਲਓ ਉਹਦੀ ਜਿਹੜੀ ਸੀਟ ਹੁੰਦੀ ਉੱਥੇ ਤੱਕ ਤੁਹਾਡੀ ਮੰਜੀ ਆ ਜਾਏਗੀ ਖੜੇ ਰਕਸ਼ੇ ਦੇ, ਇੱਕਦਮ ਨਾ ਮੈਨੂੰ ਕਹਿੰਦਾ ਭਾਜੀ ਥੋੜ੍ਹਾ ਜਿਹਾ ਇੰਜ ਦਾ ਇੰਜ ਹੋਣਾ, ਮੈਂ ਇੰਜ ਹੋਇਆ ਤੇ ਉਹਨੇ ਨਾ ਮੇਰੀਆਂ ਬਾਹਵਾਂ ਫੜ ਕੇ ਨਾ ਪਤਾ ਨਹੀਂ ਕਿੱਦਾਂ ਉਹਨੇ ਲੱਤਾਂ ਨੂੰ ਫੜ ਕੇ ਨਾ ਥੱਲੇ ਲੱਖ ਤੋਂ ਪਾ ਕੇ ਨਾ ਤੇ ਉਹ ਆਪ ਇੰਜ ਹੋਇਆ, ਇਹ ਰਕਸ਼ੇ ਮੇਰੇ ਤੋਂ ਦੋ ਦੋ ਫੁੱਟ ਥੱਲੇ
ਮੈਨੂੰ ਰਕਸ਼ਿਆਂ ਦੀ ਛੱਤ ਨਜ਼ਰ ਆ ਰਹੀ ਥੱਲੇ ਆਈਟਮ ਸੀ ਵਕਤ ਗੁਜ਼ਰ ਗਿਆ ਔਰ ਯਕੀਨ ਕਰੋ ਕਿ ਮਰਹਬਾ ਤੇ ਲੈ ਜਾਣਾ ਦੇਸੀ ਮੁਰਗ ਦੀਆਂ ਪੂੰਜੀ ਪਾਉਣੀ ਉਹ ਦੱਸਣਾ ਮਰਹਬਾ ਤੇ ਤੂੰ ਇੱਕੋ ਦੋ ਵਾਰੀ ਗਿਆ ਵਾ ਅਸੀਂ ਤੇ ਉੱਤੋਂ ਅਗਲੇ ਹਫ਼ਤੇ ਅੱਗ ਲੱਗ ਗਈ ਸੀ ਉੱਤੇ ਨਹੀਂ ਆਪਣੇ ਵਕਤ ਨੂੰ ਮਾਜ਼ੀ ਨੂੰ ਅਸੀਂ ਯਾਦ ਕਰਕੇ ਉਸਤਾਦ ਜੀ ਅਸੀਂ ਸੋਚੀਏ ਨਾ ਹੁਣ ਅਸੀਂ ਬਹੁਤ ਝੰਝਟਾਂ 'ਚ ਪੈ ਗਏ ਕਸਮੇ ਸਾਡੀ ਆਡੀਅੰਸ ਸਾਨੂੰ ਕਹਿੰਦੀ ਹੈ ਨਾ ਕਿ ਤੁਸੀਂ ਬੋਰ ਕਰਦੇ ਹੋ ਯੇ ਹੈ ਵੋ ਹੈ ਜਦੋਂ ਜ਼ਿਹਨੀ ਸਟ੍ਰੈਸ ਨਹੀਂ ਨਾ ਤੁਹਾਡੀ ਖਤਮ ਹੋਣੀ ਤੁਸੀਂ ਤਾਂ ਹਸਾਣਾ ਹੱਸਣਾ ਤੇ ਹਸਾਣਾ ਯਾਰ ਹੱਥਾਂ ਨਹੀਂ ਮਾਰਿਆ ਤੁਹਾਡਾ ਮੂਡ ਓਏ ਹੋਏ 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 ਤੋਬਾ ਮੂਡ ਦੀ ਗੱਲ ਨਾ ਕਰੋ ਰੇਸ ਹੋ ਜਾਣਗੇ ਫਿਰ ਚੰਗਾ ਰਹੇਗੀ ਦਿਲ ਟੁੱਟਦਾ ਮਾਦਰਤ ਨਾਲ ਮੈਂ ਆਡੀਅੰਸ ਨਾਲ ਡਾਇਰੈਕਟ ਹੋ ਜਾਵਾਂ ਮੈਂ ਜੈਨੂਇਨ ਕਹਿਣ ਵਾ ਵੀ ਦਿਲ ਅਸੀਂ ਇੱਕ ਐਕਟ ਕਰ ਰਹੇ ਹਾਂ ਠੀਕ ਹੈ ਨਾ ਹੁਣ ਮੇਰੀ ਇੱਕ ਹੋਬੀ ਹੈ ਉਸਤਾਦ ਜੀ ਹੋਬੀ ਸ਼ੌਕ ਹੈ ਮੇਰਾ ਸ਼ੌਕ ਕੀ ਹੈ ਕਿ ਮੈਂ ਤੰਦੂਰ ਦੀ ਰੋਟੀ ਜਿਹੜੀ ਹੈ ਨਾ ਉਹ ਮੈਂ ਚਾਏ ਦੇ ਨਾਲ ਖਾਂਦਾ ਮੇਰੀ ਹੋਬੀ ਯਾਰ ਮੈਂ ਇੱਕ ਜਗ੍ਹਾ 'ਤੇ ਖਾਣ ਡਿਆ ਵਾਂ ਅਤੇ ਇੱਕ ਬੰਦੇ ਨੇ ਤਿੰਨ ਚਾਰ ਸਾਲਾਂ ਦੀਆਂ ਪਲੇਟਾਂ ਮੇਰੇ ਅੱਗੇ ਰਖਵਾ ਦਿੱਤੀਆਂ ਅਤੇ ਮੈਨੂੰ ਕਹਿੰਦਾ ਉਹ ਯਾਰ ਸਾਡੇ 'ਤੇ ਵੀ ਟਾਈਮ ਆ ਜਾਂਦਾ ਬਾਈ ਯਾਰ ਤੁਸੀਂ ਸਾਡਾ ਦਿਲ ਤੁਸੀਂ ਤੋੜਦੇ ਪਏ ਹੋ ਯਾਰ ਠੀਕ ਹੈ ਨਾ ਅਗਰ ਫਰੀਦ ਐਕਟ ਕਰ ਰਿਹਾ ਕਹਿਣ ਡਿਆ ਜੀ ਕਿ ਮੈਂ ਮਾਈਕ ਲੈਣੇ ਨੇ ਮੈਂ ਕੈਮਰਾ ਲੈਣਾ ਮੈਂ ਜੇ ਕਰਨਾ ਮੈਂ ਉਹ ਮੈਂ ਗੱਡੀ ਲੈਣੀ ਹੈ ਇੱਕ ਬੰਦਾ ਨੂੰ ਗੱਡੀ ਗਿਫਟ ਕਰ ਰਿਹਾ ਉਹ ਕੌਣ ਹੁੰਦਾ ਗਿਫਟ ਕਰਨ ਵਾਲਾ ਹੂ ਇਜ਼ ਦੈਟ ਇਹ ਦਿਲ ਤੋੜਨ ਵਾਲੀ ਗੱਲ ਹੈ ਯਾਰ ਸਾਡੇ ਦਿਲ ਨਾਲ ਅਸੀਂ ਇਹ ਐਕਟ ਕਰ ਰਹੇ ਹਾਂ ਉਸਤਾਦ ਜੀ ਇਹ ਐਕਟ ਦੇ ਵਿੱਚ ਮੈਂ ਕਹਿਣ ਡਿਆ ਵਾਂ ਯਾਰ ਮੈਂ ਰੋਟੀ ਖਾਣੀ ਹੈ ਜੇ ਉਹਦੇ ਉਹਨੇ ਕਿਹਾ ਜੀ ਪਾਪੜ ਖਾਣ ਡੇ ਸੀ ਇੱਧਰ ਹੀ ਉਹਦੇ ਅਸੀਂ ਕੀ ਗੱਲ ਸਾਨੂੰ ਲੋਕ ਕਹਿਣਗੇ ਅਕਾਊਂਟ ਮੈਂ ਤੁਹਾਨੂੰ ਇਹ ਨਹੀਂ ਕਿਹਾ ਕਿ ਲੋਕ ਤੁਹਾਡੇ 'ਤੇ ਤਰਸ ਖਾਂਦੇ ਨੇ ਮੈਂ ਤੁਹਾਨੂੰ ਕਿਹਾ ਕਿ ਲੋਕ ਇੰਨੇ ਮਾਸੂਮ ਇੰਨਾ ਪਿਆਰ ਕਰਦੇ ਨੇ ਕਿ ਉਹਨਾਂ ਨੂੰ ਦਿਲ ਕਰਦਾ ਕਿ ਨਹੀਂ ਯਾਰ ਅਸੀਂ ਇਹਨਾਂ ਦੇ ਫੈਮਿਲੀ ਹਾਂ ਇਹ ਇੱਦਾਂ ਦੀ ਕੁਛ ਲੋਕ ਸਮਝ ਲੈਂਦੇ ਨੇ ਕਿ ਤੇਰਾ ਬਹੁਤਾ ਸਮਝ ਲੈਂਦੇ ਨੇ ਕਿਉਂ ਮੇਰਾ ਤਾਂ ਤੂੰ ਸਮਝ ਲੈਂਦੇ ਨੇ ਕੈਸਾ ਪੈਂਚਰ ਹੋ ਕੇ ਗੱਲ ਕਰਦੇ ਅੱਛਾ ਦੱਸੋ ਜੀ ਇਹ ਜਦੋਂ ਇਹ ਕੋਈ ਏਦਾਂ ਦੀ ਗੱਲ ਕਰਦਾ ਇਹ ਜੈਨੂਇਨ ਲੱਗਦਾ ਕਿ ਲੋਕੀ ਕਹਿ ਰਹੇ ਨੇ ਉਹ ਨਹੀਂ ਤੇ ਮੈਂ ਜੈਨੂਇਨ ਕਰਦਾ ਵਾਂ ਨਾ ਮੈਂ ਤੇ ਗੱਲ ਇਹਨਾਂ ਦੀ ਕਰ ਰਿਹਾ ਹਾਂ ਯਾਰ ਕਲੈਪ ਕਰ ਦਿਓ ਇਹਨੇ ਕੋਈ ਬੱਚਾ ਖਾ ਜਾਣਾ ਕਿਸੇ ਤੇ ਕਲੈਪ ਕਰ ਦਿਓ ਹਾਂ ਜੀ ਨਹੀਂ 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 ਇੱਕ ਗੱਲ ਹੋਰ ਮੈਂ ਇੱਥੇ ਮੈਂਸ਼ਨ ਕਰਾਂਗਾ ਲੋਕ ਮੰਗਦੇ ਨੇ ਫੈਸਲ ਦੇ ਉਹ ਮਿਰਜ਼ਾ ਹੋਣ ਦਾ ਜਿਹੜਾ ਵਾ ਉਹ ਫਰੀਦ ਦਾ ਚੀਮਾ ਹੋਣਾ ਗੁੱਜਰ ਦਾ ਗੁੱਜਰ ਹੋਣਾ ਮਿੱਠੇ ਦਾ ਮਿੱਠਾ ਤੇ ਖੈਰ ਵੱਡਾ ਆਦਮੀ ਪਤਾ ਨਹੀਂ ਕੌਣ ਆ ਜੋ ਵੀ ਆ ਤੇ ਚੱਦੜ ਚੱਦੜ ਲੈਣੀ ਨਹੀਂ ਲੈਣੀ ਲੇਕਿਨ ਉਸਤਾਦ ਜੀ ਗੁਜ਼ਾਤ ਬਰਾਦਰੀ ਕਿਸੇ ਦੇ ਮੱਥੇ ਤੇ ਨਹੀਂ ਲਿਖਣ ਦਾ ਉਹਦੀਆਂ ਕਰਤੂਤਾਂ ਤੋਂ ਪਤਾ ਚੱਲਦਾ ਦੋ ਚਾਰ ਬੰਦਿਆਂ ਦੀ ਵਜ੍ਹਾ ਤੋਂ ਉਸਤਾਦ ਜੀ ਨੇ ਸਾਡੇ ਫਾਰਮੈਟ ਬੰਦ ਕਰਤੇ ਲਓ ਜੀ ਉਹ ਇੱਦਾਂ ਤੁਸੀਂ ਲੋਕੀ ਇੱਦਾਂ ਕਹਿੰਦੇ ਇੱਦਾਂ ਕਸਮੇ ਲੋਕੀ ਔਰ ਕਹਿੰਦੇ ਨਹੀਂ ਉਹ ਕਹਿੰਦੇ ਨਹੀਂ ਕੋਲੋਂ ਕਹਿੰਦੇ ਆ ਇੰਨਾ ਮਜ਼ਾ ਆਉਂਦਾ ਸੀ ਸ਼ੋਅ ਕਰਕੇ ਹਟਦੇ ਦਿਲ ਕਰਦਾ ਸੀ ਹੁਣ ਫਿਰ ਅਗਲਾ ਇੱਥੋਂ ਹੀ ਘੰਟੇ ਦਾ ਲਾ ਦਈਏ ਉਸਤਾਦ ਜੀ ਟੀ ਟੈਪ ਕਰ ਰਹੇ ਆ ਆਓ ਆਪਾਂ ਫਿਰ ਕਿਉਂ ਨਜ਼ਰ ਆ ਜਾਓ ਤੁਸੀਂ ਕਰ ਲਓ ਜਿਹੜਾ ਬਹਿ ਸੀ ਉਹ ਕਿਤੇ ਐਡੇ ਭੁਲੇਖੇ ਜਿਹੇ ਨਾ ਮਿੱਠੇ ਐਡੇ ਭੁਲੇਖੇ ਜਿਹੇ ਨਾ ਤੇਰੇ ਤੋਂ ਬਗੈਰ ਪਹਿਲੇ ਟੀ ਟੈਪ ਕੀਤੇ ਅਸੀਂ ਚੱਲ ਜਾ ਉਧਰ ਸਾਈਡ ਤੇ ਮੈਂ ਉਸਤਾਦ ਵੀ ਨਾ ਖਿੱਚਣ ਡਿਆ ਉਸਤਾਦ ਜੀ ਨੂੰ ਜਾਣ ਦੇਣਾ ਮੈਂ ਭਲਾ ਬੇੜੀ ਪਾ ਲਈ ਕਿਤੇ ਜੋ ਵੀ ਉਸਤਾਦ ਨੂੰ ਮੇਰੀਆਂ ਦੁਆਵਾਂ ਦੀਆਂ ਬੇੜੀਆਂ ਮੈਂ ਜਗੜਬੰਦ ਕੀਤਾ ਹੋਇਆ ਇੰਜ ਕਰ ਲੈ ਚੱਲ ਯਾਰ ਉਸਤਾਦ ਉਸਤਾਦ ਜੀ ਨੇ ਕਹਿਣਾ ਰਾਤ ਅਸੀਂ ਬੈਠੇ ਹੋਣਾ ਉਸਤਾਦ ਜੀ ਨੇ ਕਿਤੇ ਕਿਤੇ ਕਹਿਣਾ ਫਰੀਦ ਆ ਯਾਰ ਨਹਾਉਣ ਚੱਲੀਏ
ਮੈਂ ਤੇਰੇ ਸਾਬਣ ਲਾਊਂਗਾ, ਤੂੰ ਮੇਰੇ ਸਾਬਣ ਲਈ। ਨਹੀਂ ਨਹੀਂ, ਸਵੀਮਿੰਗ ਪੂਲ ਤੇ ਬੱਚੇ ਪਾ ਕੇ ਅਸੀਂ ਨਹਾਣਾ ਰਾਤ ਰਾਤ ਯਾਰ। ਉਹ ਬੜਾ ਏਦਾਂ ਕਿਉਂ ਲੱਗਦਾ ਸਟੇਟ ਹੈ, ਉਹ ਤੋਂ ਬਾਅਦ ਉਸਤਾਦ ਨੂੰ ਡਾਲਾ ਪਵਾ ਲਓ, ਕਿਉਂ ਲੱਗਣ ਡਿਆ ਵਾ? ਨਹੀਂ ਨਹੀਂ, ਡਾਲਾ ਉਦੋਂ ਪੈਣਾ ਜੇ ਇਹਨਾਂ ਨੂੰ ਸੂਟ ਨਾ ਪੜਿਆ ਹੁੰਦਾ। ਕਾਲੀ ਕੂਕਾਂ ਦੀ ਗੱਲ ਭਰਾਵਾ, ਹੋਗਾ ਕੋਈ ਪੂਰੇ ਗਲਤੀਆਂ ਤੇ ਆਪਣੀਆਂ ਅੱਗੇ ਨਿਕਲਣ ਆਉਂਦੀਆਂ, ਸਟਾਫ ਸਾਰਾ ਚੋਰ ਨਿਕਲਦੇ, ਉਹ ਕਿੱਧਰੋਂ ਸਹੂਲਤਾਂ ਦੇਣ ਯਾਰ ਬੈਠੇ ਆ। ਵੈਸੇ ਗੱਲ ਮੈਨੂੰ ਸ਼ੌਕ ਕਰ ਗਈ, ਖੁਦਾ ਪਤਾ ਕੀ ਗੱਲ ਯਾਰ, ਮੈਨੂੰ ਕੋਈ ਮੰਗ ਸੂਟ ਕਿੰਨੇ ਚਾਹੀਦੇ ਤੇ ਸਾਡੀ ਵੀ ਧੌਣ ਥੱਲੇ ਕਰਾ ਯਾਰ। ਸਾਜੀ ਤੁਸੀਂ ਸੂਟ ਲੈਣਾ ਵਾ ਜਾਂ ਛੱਡ ਜਾਣਾ? ਮੈਂ ਭਾਜਨ ਸੂਟ ਦਾ ਤੇ ਬਾਅਦ ਚ ਗੱਲਾਂ, ਮੇਰੀਆਂ ਦੋ ਖੇੜੀਆਂ ਦੇ ਦਿਓ। ਤੇ ਜਦੋਂ ਜਿੱਦਣ ਫੈਸਲ ਦਾ ਐਕਸੀਡੈਂਟ ਹੋਇਆ ਸੀ ਨਾ, ਉਦਣ ਜਿਹੜੀਆਂ ਨੇ ਜਰਾਬਾਂ ਪਾਈਆਂ ਸੀ, ਸਾਜੀ ਇੰਨੀ ਨਜ਼ਰ ਉਹ ਮੈਨੂੰ ਗਿਫਟ ਆਈਆਂ ਸੀ। ਹੁਣ ਮੈਂ ਤੁਹਾਨੂੰ ਦੱਸ ਦਿੰਦਾ, ਖੇੜੀਆਂ ਤੁਹਾਡੇ ਕੋਲੋਂ ਨਿਕਲਣੀਆਂ, ਠੀਕ ਆ, ਖੇੜੀਆਂ ਜਿਹੜੀਆਂ ਕੋਈ ਵੀ ਨਹੀਂ ਲੱਗ ਗਈ, ਖੇੜੀਆਂ ਤੁਹਾਡੇ ਕੋਲੋਂ ਨਿਕਲਣੀਆਂ, ਸੂਟ ਵਾਲਾ ਬੰਦਾ ਜਿਹੜਾ ਚੋਰ ਤੁਹਾਡੇ ਮੂੰਹ ਤੇ, ਜਰਾਬਾਂ ਵਾਲਾ ਵੀ ਚੋਰ ਤੁਹਾਡੇ ਮੂੰਹ ਤੇ। ਓਏ ਇੱਕ ਮਿੰਟ ਠਹਿਰ ਜਾ, ਮੈਨੂੰ ਇਸ ਗੱਲ ਦਾ ਦੁੱਖ ਨਹੀਂ ਹੈਗਾ ਕਿ ਜਰਾਬਾਂ ਮੈਂ ਚੋਰੀ ਕੀਤੀਆਂ, ਲੇਕਿਨ ਉਸਤਾਦ ਜੀ ਇਲਜ਼ਾਮ ਮੇਰੇ ਸਟੇਟਸ ਦਾ ਲਾਓ, 50 ਰੁਪਏ ਦਾ ਜੋੜਾ ਜਰਾਬਾਂ ਦਾ। ਓਏ ਉਹ ਕਮ ਅਜ਼ ਕਮ 1500 ਰੁਪਏ ਦੀਆਂ ਜਰਾਬਾਂ ਨੇ। ਆਪਣੇ ਦੁੱਖ ਹੋਣ ਡਿਆ ਕਿ ਅਗਰ ਮੈਂ ਉਹ ਚੁੱਕੀਆਂ ਵੀ ਨੇ ਤੇ ਮੈਂ ਏਡਾ ਘਟੀਆ ਬੰਦਾ ਵਾਂ ਕਿ 50 ਰੁਪਏ ਦੀਆਂ ਜਰਾਬਾਂ ਚੁੱਕੀਆਂ ਨੇ ਜੀ। ਹੈ ਨਹੀਂ ਚੁੱਕੀਆਂ ਉਸਤਾਦ ਜੀ? ਮੈਂ ਨਹੀਂ 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 ਬਾਹਰ ਹਾਲ 50 ਰੁਪਈਆਂ ਦੀਆਂ ਕਹੀ ਜਾਂਦਾ, ਤੈਨੂੰ ਕਹਿੰਦਾ 50 ਦੀਆਂ ਨਹੀਂ ਉਹ ਉਸਤਾਦ। ਚਲੋ 100 ਦੀਆਂ ਲਾ ਲਓ ਸਰ। ਨਹੀਂ 15 ਤੁਹਾਡੇ ਚ ਵੀ ਨਾ ਜਾਂ 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 ਉਹ ਕਿਹੜੀਆਂ 1500 ਦੀਆਂ ਜਰਾਬਾਂ ਹੁੰਦੀਆਂ ਯਾਰ? ਲੋ 1500 ਦੀਆਂ ਕਿਹੜੀਆਂ ਜਰਾਬਾਂ ਹੁੰਦੀਆਂ? ਅਸਲ ਸਾਹ ਛੱਡ ਦਿਓ, ਤੁਹਾਨੂੰ ਸੱਚੀ ਦੱਸਾਂ, ਬੜੀ ਬੜੀ ਮਹਿੰਗੀ ਜਰਾਬ ਲੈਣ ਦਾ ਪਤਾ ਹੀ ਨਹੀਂ ਕਿੱਥੇ ਤੁਰਿਆ ਫਿਰਦਾ ਵਾ। ਅਗਰ ਮੈਂ ਉਹਦੇ ਨਾਲ ਦੀਆਂ 2 ਜਰਾਬਾਂ ਵਿਖਾ ਦਾਂ ਫੇਰ ਗਿਲਟੀ ਕੌਣ ਆ? ਕਿਉਂਕਿ 2 ਹੀ ਸੀ ਮੇਰੇ ਕੋਲ। ਅਗਰ ਮੈਂ 3 ਦਿਖਾ ਦਵਾਂ, ਕਿਉਂਕਿ ਮੈਂ ਜਰਾਬਾਂ 1-2 ਲੈਂਦੇ ਹੀ ਨੀ, ਮੈਂ 2 ਦਰਜਨ ਇਕੱਠੀਆਂ ਲੈ। 3 ਵਿਖਾ ਦੇ ਤੂੰ ਤੇ ਮੈਂ ਮੰਨ ਜੂ, ਤੂੰ ਸੱਚਾ ਨਹੀਂ ਨਾ ਫਿਰ ਦੱਸ ਤੇ ਬਹੁ ਕੋਈ। ਚਲੋ ਦੱਸੋ ਤੇ ਜੇ ਨਾ 3 ਤੁਸੀਂ ਵਹਾ ਸਕੇ, ਮੈਂ ਸਾਰੇ ਬੰਦੇ ਬੈਠੇ ਮੈਂ ਇਹਨਾਂ ਨੂੰ 1.5 ਲੀਟਰ ਦੀ ਬੋਤਲ ਪਿਲਾਉਂਗਾ। ਕੁਛ ਬੱਚਿਆਂ ਨੇ ਵੀ ਰੱਖ ਲਾ, ਸਾਰਾ ਦੁਨੀਆ ਸਾਰੀ ਜ਼ਿੰਦਗੀ ਦੀ ਜਮਾ ਪੂੰਜੀ ਇੱਥੇ ਹੀ ਲਾ ਦੇਣੀ। ਬਹਰਹਾਲ ਜੀ, ਚੋਰ ਨੇ ਕਦੀ ਚੋਰੀ ਕਰਕੇ ਸਾਹਮਣੇ ਪਾ ਕੇ ਨਹੀਂ ਫਿਰਿਆ, ਮੈਨੂੰ ਕੋਈ ਗਲਤੀ ਹੋਈ, ਮੈਨੂੰ ਪਤਾ ਹੀ ਲੱਗਾ ਹਾਲ ਤੱਕ ਮੈਨੂੰ ਠੀਕ ਨਹੀਂ ਆਉਣਾ ਕਿਵੇਂ ਪਾ ਲਿਆ। ਉਹ ਬੜੇ ਗਰ ਚੋਰ ਹੁੰਦੇ ਆ, ਤੂੰ ਇੱਕ ਘਟੀਆ ਚੋਰ। ਉਹ ਸੂਟ ਤੇ ਚਲਾ ਗਿਆ ਯਾਰ, ਬੇਟੇ ਸੂਟ ਤੇ ਚੱਲ ਚੋਰੀ ਕੀਤਾ ਤੂੰ, ਮੈਂ ਇੱਕ ਮਿਸਾਲ ਦੇ ਰਿਹਾ ਵਾਂ, ਤੂੰ ਚੋਰੀ ਕਰ ਲਈ ਯਾਰ, ਮੰਨ ਲਿਆ ਚਲੋ ਤੂੰ ਚੋਰ ਹੈ, ਲੇਕਿਨ ਮੈਂ ਨਹੀਂ ਜਰਾਬਾਂ ਚੁੱਕ ਸਕਦਾ, ਮੇਰਾ ਜ਼ਰਫ ਨਹੀਂ ਹੈ ਕਿ ਮੈਂ ਜਰਾਬਾਂ ਚੁੱਕ। ਕੈਸਾ ਕੈਸੀ ਗੱਲ ਕੀਤੀ ਉਹਨੇ ਤੇਰੇ ਨਾਲ? ਜਰਾਬਾਂ ਮਤਲਬ ਪੱਕੋ ਪੱਕੀ ਚੋਰ ਕਰਕੇ, ਆਡੀਅੰਸ ਸਾਹਮਣੇ ਸਾਰੇ ਥਾਂ ਚੋਰ ਕਰਕੇ, ਮੈਂ ਨਹੀਂ ਚੱਕ ਸਕਦਾ। ਹਾਂ ਹਾਂ ਮਿੱਟੀ ਦੇ ਕੀ ਕੀ ਤੇ ਕੀ ਆ ਤਾਂ, ਮੇਰੇ ਤੇ ਜ਼ਰਫ ਹੀ ਨਹੀਂ ਹੈ ਜਰਾਬਾਂ ਤੇ, ਸੁਖਾ ਤੇ ਪਰ ਲੱਗੇ ਤੈਨੂੰ ਮੈਂ ਹੁਣ ਫੇਸਬੁੱਕ ਵੀ ਲੈ ਲਈ ਆ, ਮੇਰੇ ਕੋਲ ਲੈ ਕੇ ਦਿਖਾਓ ਹੁਣ ਦੱਸੋ। ਅੱਛਾ ਤੁਸੀਂ ਇੱਕ ਗੱਲ ਦਾ ਮਜ਼ਾ ਲਿਆ,
ਦਾਨਿਸ਼ ਉਹ ਵਾਹਤ ਬੰਦਾ ਜਿਹੜਾ ਕਦੀ ਇਹ ਨਹੀਂ ਕਹਿ ਸਕਦਾ ਮੇਰੀ ਇੱਥੋਂ ਸ਼ਾਇਦ ਚੁੱਕੀ ਗਈ। ਹਾਂ ਉਸਤਾਦ ਜੀ ਮੇਰੀਆਂ ਪੈਨਸਲਾਂ ਇੱਥੇ ਮੈਂ 100 ਦੇ ਹਿਸਾਬ ਨਾਲ ਦੱਸ ਮੇਰਾ ਅਕਸਰ ਰੋਲਾ ਬਣਿਆ ਹੁੰਦਾ ਮੇਰੀਆਂ ਪੈਨਸਲ ਇਸ ਰੂਏ ਦਫ਼ਤਰ ਚ ਜਿੰਨੀਆਂ ਪੈਨਸਲਾਂ ਨਾ ਮੇਰੀਆਂ ਰੂਏ ਦਫ਼ਤਰ ਆਖਰੀ ਹਰਫੇ ਆਖਣ ਪਰ ਦੱਸੋ ਇਹ ਕੰਟੀਨਿਊ ਰੱਖਣਾ ਪਾਈ ਜਾਵਾ ਇਹ ਜਿਸਮ ਤੇ ਆਵੇ ਕਿ ਤੁਹਾਨੂੰ ਲਾ ਕੇ ਸਵੇਰੇ ਤੋਂ ਆ ਕੇ ਬਾਤ ਕਰ ਜਾਵਾਂ ਤੇਰਾ ਕੀ ਤੇਰਾ ਕੀ ਦਿਲ ਕਰਦਾ ਜਿੰਨਾ ਬਿਸਤ ਮੈਂ ਹੋ ਗਿਆ ਮੇਰਾ ਦਿਲ ਕਰਦਾ ਕਿ ਇਹਨੂੰ ਮੈਂ ਪਾਈ ਰੱਖਾਂ ਲਾਉਣਾ ਨੀ ਤੂੰ ਤੈਨੂੰ ਛੱਡਿਆ ਬੱਕਿਆ ਮਾਫ ਕੀਤਾ ਫੈਸਲ ਸਾਹਿਬ ਨੂੰ ਪਤਾ ਨੀ ਹੈਗਾ ਅਸਲ ਚ ਕੱਪੜਾ ਜਿਹੜਾ ਨਾ ਫੈਸਲ ਸਾਹਿਬ ਕੱਪੜਾ ਆਮ ਨੀ ਸਾਜੀ ਕੋ ਚਾਰ ਪੰਜ ਕੱਪੜੇ ਦੇ ਸੂਟ ਪਏ ਨੇ ਇਹ ਸੂਟ ਦੇਣ ਵਾਲਾ ਹੈ ਹੀ ਨੀ ਕਿਸੇ ਸੂਟ ਮੈਂ ਕਿਹੜਾ ਦਿੱਤਾ ਸੀ ਉਹ ਲੈ ਗਿਆ ਆਪੀ ਮੈਨੂੰ ਨਹੀਂ ਸਮਝ ਲੱਗੀ ਇਸ ਦਫ਼ਤਰ ਚੋਂ ਕਿੱਦਾਂ ਲੈ ਚਲਾ ਗਿਆ ਤੇਰੇ ਨਾਲ ਕੈਮਰੇ ਕੱਢ ਕੇ ਦੇਖੋ ਨਹੀਂ ਤੂੰ ਸਿਰਫ ਕੋਈ ਆਈਡੀਆ ਲਾ ਦੇ ਗੈਸ ਕਰ ਲਾ ਵੀ ਇੱਥੋਂ ਕਿੱਦਾਂ ਚਲਾ ਗਿਆ ਅਗਰ ਮੈਨੂੰ ਇੰਨਾ ਪਤਾ ਹੁੰਦਾ ਮੈਂ ਉਸ ਦੋਸਤ ਅੰਦਾਜ਼ਾ ਲਾ ਨਾ ਅੰਦਾਜ਼ਾ ਕਿੱਦਾਂ ਚਲਾ ਗਿਆ ਇਦਾਂ ਹੋ ਸਕਦਾ ਕਿ ਹੈਦਰ ਨੂੰ ਮੈਂ ਸੂਟ ਫੜਾਏ ਸੀ ਸਟਿਚ ਤਿੰਨ ਚਾਰ ਉਹਨੇ ਦਫ਼ਤਰ ਰੱਖੇ ਸੀਗੇ ਹੋ ਸਕਦਾ ਉਹਨਾਂ 'ਚ ਚਲਾ ਗਿਆ ਹੋਵੇ ਜਾਂ ਜਦੋਂ ਆਪਾਂ ਚਾਰ ਚਾਰ ਪੰਜ ਪੰਜ ਟੀ ਟਾਈਮ ਕੀਤੇ ਮੈਂ ਉਦੋਂ ਸੂਟ ਲਿਆਉਂਦਾ ਸੀ ਉਦੋਂ ਕਿਤੇ ਚਲਾ ਗਿਆ ਹੋਵੇ ਮੈਂ ਕੁਛ ਕਹਿ ਨਹੀਂ ਸਕਦਾ ਮੇਰੀ ਗੱਲ ਸੁਣ ਮਿੱਠੇ ਤੂੰ ਬਕਾਇਦਾ ਪਲੈਨਿੰਗ ਨਾਲ ਛਾਪਰ 'ਚ ਲੈ ਕੇ ਗਿਆ ਹੋਵੇਗਾ ਉਹ 'ਚ ਨਹੀਂ ਜਾਂਦਾ ਯਾਰ ਪ੍ਰੋਪਸ ਲਿਆਏ ਛਾਪਰ 'ਚ ਦੇਖੋ ਜੀ ਭਾਵੇਂ ਮੈਂ ਚਲੋ ਮੰਨ ਲਿਆ ਫੋਰ ਐਗਜ਼ਾਮਪਲ ਚੋਰੀ ਕੀਤੀ ਚੋਰੀ ਵੀ ਤਾਂ ਵੱਡੀ ਕੀਤੀ ਆ ਆਤੀ ਆ ਚੱਲ ਗਿਆ ਜਰਾਬਾਂ ਚੋਰੀ ਐਡਾ ਮੂੰਹ ਕਾਲਾ ਕਰਾ ਲਿਆ ਕਹਿਣ ਡਿਆ ਵਾ ਕਿ ਯਾਰ ਮੈਂ ਇੰਨੀ ਚੋਰੀ ਨਹੀਂ ਕਰ ਸਕਦਾ ਵੀ ਐਡਾ ਮੂੰਹ ਕਾਲਾ ਕਰਾ ਲਿਆ ਮੈਂ ਵੱਡਾ ਹੱਥ ਮਾਰਨਾ ਜਾ ਰਿਹਾ ਵਾ ਵੱਡਾ ਹੱਥ ਹੁਣ ਤੁਹਾਨੂੰ ਲੋਕਰ ਲੈ ਦੇ ਲੋਕ ਗੱਲ ਚੁੱਕ ਲਾ ਲੇਕਿਨ ਇਹ ਮੈਂ ਚਾਹੁੰਦਾ ਵਾ ਕਿ ਇਹ ਤੁਹਾਨੂੰ ਕੋਈ ਕਮੈਂਟਾਂ 'ਚ ਜਰਾਬ ਚੋਰ ਨਾ ਕਵੇ ਸਾਹ ਜੀ ਇਹਨਾਂ ਨੂੰ ਸੂਟ ਚੋਰ ਨਾ ਕਵੇ ਕੋਈ ਮੈਂ ਸਹੀ ਗੱਲ ਪ੍ਰੀਤ ਮਨਾ ਕਰਦੇ ਇੱਦਾਂ ਹੀ ਕੋਈ ਨਾ ਕਵੇ ਲੇਕਿਨ ਤੂੰ ਇਹ ਸੂਟ ਪਹਿਲੇ ਲਾਉਣਾ ਵਾ ਆਪਣਾ ਪਾ ਕੇ ਫੇਮ ਮਾਰਨਾ ਕਿਉਂਕਿ ਇੱਥੇ ਮੈਂ ਖੂਨ ਦੇ ਡੱਬੇ ਨੀ ਬਰਦਾਸ਼ਤ ਕਰ ਸਕਦਾ ਸਲਾਖ ਨਾ ਹੋਵੇ ਬਿਠਾ ਲਾ ਆਹੋ ਤੁਸੀਂ ਤਨਖਾਹ ਕੱਟ ਲੈਣਾ ਉਹ ਭਾਈ ਲੈ ਤਨਖਾਹ ਕੱਟੀ ਕੇ ਮੈਂ ਗਲੀਆਂ ਚ ਜਾਣਾ ਯਾਰ 16-17 ਹਜ਼ਾਰ ਰੁਪਈਆ ਹੀ ਹੈ ਨਾ ਤੂੰ ਕਟਾ ਪਰੇ ਯਾਰ ਤੇਰੇ ਤੇ ਗੱਲ ਕਟਾ ਤੂੰ ਕੋਈ ਤਾਂ ਫਿਟੂ ਵਿਆਹ ਦੀ ਸ਼ਰਬਾਨੀ ਨਹੀਂ ਆਉਂਦੀ 14-14 ਹਜ਼ਾਰ ਯਾਰ ਇੱਥੇ ਹੀ ਲਾ ਦੇ ਉਸਤਾਦ ਜੀ ਇਹਨੂੰ ਕਟਸਾਉਣ ਦੇ ਤਨਖਾਹ ਲੱਥਣ ਦੇ ਭਾਈ ਤੂੰ ਕਿਹੜਾ ਇੱਕ ਫਾਲਤੂ ਲੈਂਦਾ ਲੱਥਣ ਦੇ ਅਰੇ ਮੈਂ ਲਾਵਾ ਸੂਟ ਲਾਉਣ ਦਿਓ ਯਾਰ ਉਸਤਾਦ ਜੀ ਤਰੀਖ ਗਵਾ ਵਾ ਫਰੀਦ ਦੀ ਤੁਸੀਂ ਸ਼ਰਟ ਲਵਾਤੀ ਸੀ ਚੱਲਦੇ ਟੀ ਟਾਈਮ ਤੇ ਵੀ ਚੋਰ ਫੜਿਆ ਗਿਆ ਵਾ ਇਹਦੇ ਵੀ ਕੱਪੜੇ ਲੱਥਣੇ ਸੀ ਨਹੀਂ ਮੈਂ ਚੋਰੀ ਦੀ ਨਹੀਂ ਉਹ ਤਾਂ ਐਕਟ ਸੀ ਆਹੋ ਇਹ ਤੇ ਐਕਟ ਸੀ ਯਾਰ ਬੰਦੇ ਨੂੰ ਆਪਣੇ ਸੂਟ ਦਾ ਪਤਾ ਹੁੰਦਾ ਵਾ ਤੂੰ ਇਹਦੇ ਬਟਨ ਬੰਦ ਕੀਤੇ ਘਰ ਤੈਨੂੰ ਪਤਾ ਨਹੀਂ ਲੱਗਾ ਕਿ ਮੇਰਾ ਨਹੀਂ ਤੂੰ ਇਹਦਾ ਸਾਰਾ ਕੁਝ ਦੇਖਿਆ ਤੂੰ ਆ ਪੱਟੀ ਦੇਖੀ ਤੈਨੂੰ ਇਹ ਨਹੀਂ ਪਤਾ ਵੀ ਮੇਰਾ ਹੈ ਨਹੀਂ ਏਡਾ ਬੇਵਕੂਫ ਸਮਝਿਆ ਤੂੰ ਸਾਨੂੰ ਲਓ ਦੇਖੋ ਹੁਣ ਸਾਰੀ ਕਿੰਨਾ ਚੜ ਕੇ ਆਦੇ ਮੈਂ ਪਿਛਲੇ ਹਫ਼ਤੇ ਵੀ ਪਾ ਗਿਆ ਤੁਸੀਂ ਕਿਉਂ ਨਹੀਂ ਦੇਖਿਆ ਉਦੋਂ ਸ਼ੱਕ 'ਚ ਆ ਗਏ ਸੀ ਨਾ ਮੈਂ ਤੇ ਜਦੋਂ ਦੇਖਣਾ ਮੈਂ ਤੈਨੂੰ ਕਹਿੰਦਾ ਤੂੰ ਪਿਛਲੇ ਹਫ਼ਤੇ ਪਾਇਆ ਸੀ ਨਾ ਪਾਇਆ ਤੇ ਤੈਨੂੰ ਪਤਾ ਨਹੀਂ ਲੱਗਾ
ਉਸਤਾਦ ਜੀ ਮੈਂ ਕਹਿਣ ਡਿਆ ਤੁਹਾਨੂੰ ਵੋਇਸ ਮੈਸੇਜ ਸੁਣਾਇਆ, ਮੈਂ 3 ਮਾਰਚ ਨੂੰ ਆਪਣੇ ਦੋਸਤ ਨੇ ਬੈਸੇ ਆਵਾਂ ਸੌਦੀ ਵਾਲੇ ਨਾ, ਵੀ ਤੇਰਾ ਸੂਟ ਤਾਂ ਨਹੀਂ ਕੋਈ ਬੈਗ 'ਚ ਰਹਿ ਗਿਆ? ਯਾਰ ਇੱਕ ਮਿੰਟ ਉਸਤਾਦ ਜੀ, ਛੱਡ ਦਿਓ ਗੱਲ ਨੂੰ, ਇੱਕ ਝੂਠ ਛੁਪਾਉਣ ਲਈ ਉਹਨੂੰ 100 ਝੂਠ ਬੋਲਣਾ ਪੈਂਦੇ। ਪਿਛਲੇ ਹਫ਼ਤੇ ਛੁੱਟੀ ਸੀ, ਇੱਥੇ ਕੋਈ ਇੱਕ ਸੂਟ ਛੁਪਾਉਣ ਲਈ ਉਹਨੂੰ 100 ਝੂਠ ਬੋਲਣਾ ਪੈ ਰਿਹਾ। ਇੱਕ ਗੱਲ ਜ਼ਿੰਦਗੀ ਦੀ ਜ਼ੇਹਨ 'ਚ ਰੱਖਣੀ, ਅਗਰ ਮੈਨੂੰ ਉਸਤਾਦ ਜੀ ਪੁੱਛਣਗੇ ਆਹ ਕੰਮ ਤੂੰ ਕੀਤਾ, ਮੈਂ ਸਿੰਪਲ ਕਹਿਣਾ ਮੈਂ ਨਹੀਂ ਕੀਤਾ, ਜੇ ਕੀਤਾ ਹਾਂਜੀ ਉਸਤਾਦ ਜੀ ਕੀਤਾ। ਚੱਲ ਯਾਰ ਸਾਡੇ ਵੱਲੋਂ ਛੋਟੀ ਜਿਹੀ ਉਸਤਾਦ ਜੀ, ਤੁਸੀਂ ਬੱਚਾ ਹੈਗਾ ਮੂੰਹ ਤੇ ਤਜ਼ਾਬ ਰੋਕ ਦਿਓ ਜਰਾਬਾਂ ਨੀ ਚੁੱਕ ਸਕਦਾ। ਮੈਨੂੰ ਪੁੱਛਿਆ ਕਿ ਯਾਰ ਇਹ ਸੂਟ ਉਸਤਾਦ ਜੀ ਦਾ ਵਾ, ਮੈਂ ਪਹਿਲੀ ਨਜ਼ਰ ਹੀ ਦੇਖਿਆ ਕਿਉਂਕਿ ਮੈਂ ਸਵਾਏ ਸੀ। ਮੈਂ ਕਿਹਾ ਹਾਂ ਉਸਤਾਦ ਜੀ ਦਾ। ਅੱਛਾ ਕੈਸੀ ਗੱਲ ਹੈ ਉਸਤਾਦ ਜੀ, ਅਸੀਂ ਆਪਣੇ ਵਾਲਦਿਆਂ ਦੇ ਕੱਪੜੇ ਪਾਉਂਦੇ, ਲੋਕ ਪਾਉਂਦੇ ਨੇ ਅੱਜ ਤੀਕਰ ਇਸੇ ਤਰ੍ਹਾਂ। ਮੇਰਾ ਸੂਟ ਮੇਰੇ ਬੇਟੇ ਨੂੰ ਕੱਟ ਕੇ ਸਿਲਾਈ ਕਰਕੇ ਤੇ ਉਹ ਮੇਰੀ ਮਿਸਿਸ ਹਲੇ ਵੀ ਪਵਾ ਦੇ, ਇਦਾਂ ਹੀ ਹੁੰਦਾ ਠੀਕ ਹੈ ਹੁੰਦਾ। ਔਰ ਇਹ ਕਰਕੇ ਹਾਂਜੀ ਹਾਂਜੀ, ਇਹ ਸਾਡਾ ਬੜਾ ਟ੍ਰੈਡੀਸ਼ਨਲੀ ਇਹ ਵੀ ਤਰੀਕਾ ਵਾ ਕਿ ਅਸੀਂ ਕੋਈ ਵੀ ਸਾਡਾ ਸੂਟ ਹੁੰਦਾ ਨਾ ਛੋਟਾ ਕਰਕੇ ਪਾ, ਛੋਟਾ ਕਰਕੇ ਤੇ ਉਹ ਗਾਂ ਤੋਂ ਗਾਂ ਚੱਲਦਾ ਪੁਰਾਣਾ ਸਾਬਣ ਨਵੇਂ। ਉਹ ਸਿਆਣੇ ਕਹਿੰਦੇ ਜਦੋਂ ਪਿਓ ਦੀ ਜੁੱਤੀ ਪੁੱਤਰ ਪੂਰੀ ਹੋਣ ਲੱਗ ਪਵੇ ਉਹਨੂੰ ਭੂਲਾ ਨਹੀਂ ਕਹਿੰਦੇ, ਧੱਕੇ ਨਾ ਲੈਨੇ ਅਸੀਂ ਲੈ ਜਾਂਦੇ ਭਾਈ ਮਿੱਠੇ ਡੰਕੇ ਦੀ ਚੋਟ ਤੇ ਤੂੰ ਇਹਨਾਂ ਨੂੰ ਕਹਿ ਕੇ ਅਸੀਂ ਨਹੀਂ ਦਿੰਦੇ ਸੂਟ ਭਾਈ। ਮੈਨੂੰ ਪਤਾ ਵਾ ਤੁਸੀਂ ਸੂਟ ਦੀ ਸਜ਼ਾ ਜਿਹੜੀ ਨਾ ਮੌਤ ਕਰਾਰ ਦਵਾ ਦੇਣੀ ਹੈ ਤਾਜਰਾ ਤੇ ਪਾਕਿਸਤਾਨ ਦੇ ਤਹਿਤ। ਇਹ ਮੈਨੂੰ ਕੋਈ ਵਕੀਲ ਹੀ ਕਰਨਾ ਪੈਣਾ ਕਿ ਤੁਹਾਡੇ ਕੋਲ ਬਚ ਜਾਵਾਂ। ਉਹ ਜਰਾਬਾਂ ਪਾ ਗਏ, ਸ਼ਰਟਾਂ ਪਾ ਗਏ, ਪੁਸ਼ਟਾਂ ਪਾ ਗਏ, ਉਹ ਪਤਾ ਨਹੀਂ ਕਿਹੜੀ ਕਿਹੜੀ ਸ਼ਾਇਦ ਤੋਂ ਪਾ ਗਏ, ਉਹਨੂੰ ਕੱਖ ਵੀ ਨਹੀਂ ਯਾਦ ਫਿਰਨ ਡਿਆ। ਉਹਨਾਂ ਨੇ ਇੱਦਾਂ ਨਹੀਂ ਕੀਤਾ ਹੈਗਾ, ਉਹ ਹੁਣ ਗੱਲ ਮੁਕਾ ਦਾ ਫਿਰ ਗੁੱਜਰ ਸਾਹਿਬ ਜੀ, ਉਹਨੇ ਤੁਹਾਡੀ ਖਿਦਮਤ ਕੀਤੀ ਹੈ, ਮੁੰਡਾ ਚੰਗਾ ਜ਼ਿਕਰ ਜ਼ੁਕਰ ਕਰਦਾ, ਸਿਰਫ 9 ਖਿੱਚ ਲਓ ਪਲਾਸ ਦੇ ਨਾਲ ਬਸ, 9 ਖਿੱਚ ਕੇ ਨਾ ਇਹਨੂੰ ਦੇ ਦੇਣਾ, ਉਹ ਵੱਡਾ ਨਿਕਲੇਗਾ, ਉਹਦੇ ਨਾਲ ਸਾਹਮਣੇ ਸੋਹਣੀ ਚਾਟ ਖਾ ਲਿਆ ਕਰੂ। ਹੁਣ ਇੱਧਰ ਨੂੰ ਨਾ ਤੋਰ ਚੋਰ, ਨਹੀਂ ਨਹੀਂ ਕੋਈ ਵੀ ਨੀ ਸਾਡੇ ਚ ਉਸਤਾਦ ਜੀ, ਚੋਰ ਕੋਈ ਨੀ। ਇਹ ਯਾਰ ਇਹ ਸਿਰਫ ਖੱਬੀ ਸਾਈਡ ਦੀਆਂ ਉਤਲੀਆਂ 2 ਦਾਣਾ ਟੜਾ ਲਵੇ ਮੇਰੇ ਤੇ, ਚਲੋ ਬਸ ਮੈਂ ਪਲਾਸ ਨਾ ਖਿੱਚ ਦੇ ਉਸਤਾਦ ਜੀ। ਬੜੀ ਵਾਰ ਤੁਸੀਂ ਕੰਨ ਲਾ ਦਿਓ, ਇਦਾਂ ਤੇ ਨਹੀਂ ਨਾ ਕਰੀ, ਠਹਿਰ ਜਾ ਕੀ ਯਾਰ, ਖਾਲੀ ਕੀ ਸਿਰ ਦਾ ਮੂੰਹ ਲਾ ਕੇ ਫਿਰੀ ਜਾ ਮੈਂ, ਕੀ ਤੂੰ ਸਾਡਾ ਨਕਲ ਵਾਤਾ ਯਾਰ, ਕੀ ਦੁਨੀਆ ਕੇ ਗਈ, ਮਿੱਠਾ ਚੋਰ ਹੈ, ਅਸੀਂ ਚੋਰ ਹੈ, ਮਿੱਠਾ ਚੋਰ ਹੈ, ਮਿੱਠਾ ਚੋਰ ਹੈ ਪਾਜੀ। ਮੈਂ ਇੱਕ ਸ਼ਰਟ ਉਸਤਾਦ ਜੀ ਨੇ ਪਾਈ ਅਤੇ ਬਾਅਦ ਮੈਂ ਕਬਾਬਿਸ਼ ਤੇ ਪਾਜੀ, ਚਲੋ ਆਹ ਜਿਹੀ ਉਂਗਲੀ ਨਾ ਮੇਰੀ ਇੱਥੇ ਲਾ ਕੇ ਦਿਖਾ ਦੇਵੇ, ਮੈਂ ਛੱਡ ਦੇ, ਚਲੋ ਉਹ ਚੱਲ ਯਾਰ ਕਿਹੜੀ ਆ, ਇੰਜ ਕਰਕੇ ਨਾ ਇੱਥੇ ਲਾਓ, ਟਾਇਰ ਤੇ ਲੱਖ ਦੀ ਹਜਾਮਤ ਆ, ਮੈਂ ਕਿਤੇ ਆ ਵਾ ਮੰਨੇ ਜੋ ਕਹਿ ਦਿੱਤਾ ਉਸਤਾਦ ਜੀ ਨੇ, ਕਹਿਤਾ ਹੁਣ ਮਿੱਠੇ ਦੇ ਟਾਈਮ ਬੁਰਸ਼ ਨਹੀਂ ਹੁੰਦਾ ਆ, ਅਸੀਂ ਏਦਾਂ ਕਬਾਬਿਸ਼ ਦੇ ਫੱਟੇ ਦੇ ਬਾਹਰ ਬੈਠੇ ਤੇ ਉਸਤਾਦ ਜੀ ਨੂੰ ਮੈਂ ਕਿਹਾ ਉਸਤਾਦ ਜੀ ਸ਼ਰਟ ਬਹੁਤ ਪਿਆਰੀ ਤੇ ਹੁਣ ਮੇਰਾ ਮੂੰਹ, ਉਸਤਾਦ ਜੀ ਨੇ ਵੇਖ ਲਿਆ, ਉਸਤਾਦ ਜੀ ਕਹਿੰਦੇ ਮੌਸਮ ਦਾ ਬਦਲ
ਇਹ ਨਹੀਂ ਪਤਾ ਵੀ ਉਹ ਕਰੈਕਟਰ ਲੈ ਗਿਆ ਮੈਂ ਨਹੀਂ ਜਾਣਦਾ ਭਾਈ ਉਸਤਾਦ ਜੀ ਦੀ ਤੁਹਾਨੂੰ ਕਹਿੰਦੇ ਤੇ ਪਰੇਸ਼ਾਨ ਹੋ ਤੇ ਲੈਪਟਾਪ ਤੇ ਕਹਿੰਦੇ ਆ ਫੈਸਲ ਯਾਰ 700 ਵਾਰੀ ਹੋ ਗਈ ਗੱਲ ਫੈਸਲ ਅਭੀ 200 ਵਾਰੀ ਹੋਈ ਹੈ ਤੇਰੀ ਨਹੀਂ ਨਹੀਂ ਪਹਿਲੀ ਵਾਰੀ ਮੈਂ ਕਰ ਲਾ ਯਾਰ ਕਰ ਨਹੀਂ ਨਹੀਂ ਕੀ ਹੋਇਆ ਲੈਪਟਾਪ ਜਗ੍ਹਾ ਆਈਫੋਨ ਕਰ ਲੋ ਗੱਲ ਚੇਂਜ ਹੋ ਜੂ ਮਜ਼ਾ ਆ ਜੇ ਕੇ ਸੀ ਕਹਿੰਦੇ ਮੈਂ ਤੇਰੇ ਨਾਲ ਦੀ ਚੱਲ ਪਈ ਹੈ ਉਹ ਮੈਨੂੰ ਅੱਜ ਤੱਕ ਗੱਲ ਭੁੱਲਣੀ ਨਹੀਂ ਯਾਰ ਉਹ ਅੱਜ ਵੀ ਮੈਂ ਸ਼ਰਟ ਪਾਉਣਾ ਮੈਨੂੰ ਉਹ ਗੱਲ ਯਾਦ ਮੈਂ ਕਿਹਾ ਮੈਂ ਬਿਲਕੁਲ ਤੇਰੇ ਵਰਗੀ ਸ਼ਰਟ ਪਾਈ ਆ ਦੇਖ ਮੈਂ 15 ਮਿੰਟ ਲਾ ਕੇ ਲੱਭੀ ਉਹ ਕਿੱਥੇ ਪਾਈ ਸੀ ਮੈਨੂੰ ਪਤਾ ਸੀ ਇਹਨੇ ਨਹੀਂ ਮੰਨਣਾ ਮੈਂ ਕਿਹਾ ਫਾਇਦਾ ਲਾ ਦੇ ਮੇਰੇ ਕੋਲ ਵੀ ਬਿਲਕੁਲ ਏਦਾਂ ਦੀ ਸ਼ਰਟ ਸੀ ਰਾਜੀ ਜਦੋਂ ਤੁਸੀਂ ਦੁਬਈ ਉਹ ਸ਼ਰਟਾਂ ਲਿਆਉਂਦੇ ਹੁੰਦੇ ਸੀ ਕਿੱਡੇ ਪਿਆਰੇ ਲੱਗਦੇ ਹੁਣ ਜ਼ਹਿਰ ਲੱਗਦੇ ਉਸਤਾਦ ਜੀ ਜਾਣੀ ਇਹਨਾਂ ਲੱਗ ਹੁਣ ਲਿਆਉਂਦੇ ਨਹੀਂ ਵੇਖ ਲੈ ਨਹੀਂ ਨਹੀਂ ਉਹ ਤਾਂ ਕਦੀ ਕਿਤੇ ਬੰਦੇ ਨੇ ਜਾਣਾ ਤਾਂ ਲਿਆਉਣਾ ਹੁੰਦਾ ਨਾ ਹੁਣ ਤਾਂ ਮੇਰਾ ਤਾਂ ਰੋਜ਼ ਦਾ ਹੀ ਇਹ ਕੰਮ ਤੇ ਰੋਜ਼ ਲਾਇਆ ਕਰੋ ਕਿ ਕਿੰਨੇ ਕੁ ਦੀ ਸ਼ਰਟ ਆ ਜਾਂਦੀ 10 ਦਿਨਾਂ ਦੀ ਸ਼ਰਟ ਆ ਜਾਂਦੀ ਜੋ ਤੁਸੀਂ ਗਿਰਦ ਪਾਤੇ ਜਾ ਰਹੇ ਸ਼ਰਟਾਂ ਵੀ ਵਧਾਓ ਤੁਸੀਂ ਇੱਕ ਕੋਟਾ ਰੱਖੋ ਨਾ ਕਿ ਤੁਸੀਂ 30 ਫੇਰ 3 ਫੇਰ ਲਾ ਕੇ 4th ਫੇਰੇ ਸ਼ਰਟਾਂ ਲਿਆਉਣੀਆਂ ਮੈਂ ਦਿਲ ਕਰੇ ਖਾਲੀ ਹੱਥ ਕਰਦੇ ਜਿਹੜੇ ਫੈਕਟਰੀਆਂ ਦੇ ਵਿੱਚ ਚੋਰੀ ਹੁੰਦੀ ਕੱਪੜਿਆਂ ਦੇ ਸਤਾਜੀ ਪੂਰੇ ਪੂਰੇ ਥਾਨ ਚੋਰੀ ਹੁੰਦੇ ਉਹ ਕਰੈਕਟਰ ਪਤਾ ਕੀ ਕਰਦੇ ਆ ਸਤਾਜੀ ਉਹ ਸਰਦੀਆਂ ਦੇ ਵਿੱਚ ਨਾ ਉਹ ਚੋਰੀ ਹੁੰਦੀ ਜ਼ਿਆਦਾ ਉਹ ਕੱਪੜਾ ਇੰਝ ਵਲਦੇ ਨੇ ਪੂਰਾ ਲੱਕ ਨਾਲ ਉਤੋਂ ਸਲਵਾਰ ਕਮੀਜ਼ ਉਤੋਂ ਸਲਵਾਰ ਕਮੀਜ਼ ਪਾਉਂਦੇ ਨੇ ਤੇ ਜਨਾਬ ਨਿਕਲ ਜਾਂਦੇ ਇਹ ਤਰੀਕਾ ਇਹ ਵੀ ਇੱਕ ਤਰੀਕਾ ਨੋਟ ਕਰ ਲਓ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ ਕੱਲ੍ਹ ਫਿਰ ਤੁਹਾਡਾ ਮੁਲਾਕਾਤ ਹੋਏਗੀ ਇਨਸ਼ਾਅੱਲਾ ਤਾਲਾ ਪਰ ਯਾਰ ਇਹ ਹੁੰਦਾ ਕਿ ਜਦੋਂ 60-50-52 ਮਿੰਟ ਦਾ ਪ੍ਰੋਗਰਾਮ ਆਉਣਾ ਤਾਂ ਇੱਕੋ ਟੋਪਿਕ ਫਿਰ ਉਹ ਡਰੈਗ ਹੋਣਾ ਸ਼ੁਰੂ ਹੋ ਜਾਂਦਾ ਇਹ ਵੀ ਨਾ ਕਰਿਆ ਕਰੋ ਵਿੱਚ ਕੋਈ ਟੋਪਿਕ ਚੇਂਜ ਕਰ ਲਿਆ ਕਰੋ ਠੀਕ ਹੈ ਨਾ ਉਹ ਵੀ ਸਹੀ ਗੱਲ ਆ ਕਿ ਵੀ ਹੁਣ 55 ਮਿੰਟ ਇੱਕੋ ਹੀ ਗੱਲ ਮੈਂ ਸੁਣਦਾ ਵਾਂ ਮੈਂ ਕਹਾਂਗਾ ਯਾਰ ਕੀ ਯਾਰ ਇੱਕੋ ਹੀ ਗੱਲ ਵਾਰ ਵਾਰ ਕਰੀ ਯਾਰ ਠੀਕ ਹੈ ਨਾ ਲੇਕਿਨ ਸਾਡੀ ਖੂਬਸੂਰਤੀ ਇਹ ਵੀ ਹੈ ਨਾ ਕਿ ਅਸੀਂ ਗੱਲ ਕਰਨੇ ਵਿੱਚੋਂ ਗੱਲ ਹਮੇਸ਼ਾ ਬਦਲ ਕੇ ਹੁੰਦੀ ਹੈ ਨਹੀਂ ਸਾਡੀ ਖੂਬਸੂਰਤੀ ਸਿਰਫ ਇਹ ਹੈ ਕਿ ਸਾਨੂੰ ਚਾਹੁਣ ਵਾਲੇ ਬੜੇ ਪਿਆਰੇ ਲੱਗਦੇ ਸਾਡੀ ਇਹ ਖੂਬਸੂਰਤੀ ਹੈ ਲਓ ਜੀ ਆਪਣਾ ਖਿਆਲ ਰੱਖੋ ਫਿਰ ਕੱਲ੍ਹ ਤੁਹਾਡਾ ਮੁਲਾਕਾਤ ਹੋਏਗੀ ਜੀ ਰੱਬ ਰੱਖਾ